ਜੀਓ ਸਤਿਗੁਰੂ ਆਪਸੋ ਬਖਸ਼ੀ ਹੋਈ ਫਤਿਹ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਗੁਰਬਾਣੀ ਗੁਰੂ ਦੇ ਵਿੱਚ ਭਗਤੀ ਕਰਨ ਦਾ ਤਰੀਕਾ ਦੱਸਿਆ ਹੈ ਉਸ ਮਾਲਕ ਦੇ ਨਾਲ ਮਲਾਪ ਕਰਨ ਦਾ ਤਰੀਕਾ ਦੱਸਿਆ ਨਾਲ ਆਪਾਂ ਨੂੰ ਇਹ ਵੀ ਦੱਸ ਦਿੱਤਾ ਹੈ ਕਿ ਗੁਰਬਾਣੀ ਗੁਰੂ ਦੇ ਵਿੱਚ ਸਮਝਾਇਆ ਗਿਆ ਕਿ ਜਿਸ ਸੱਚੇ ਪਿਤਾ ਦੀ ਆਪਾਂ ਭਗਤੀ ਕਰਨੀ ਆ ਉਹ ਕਿਤੇ ਦੂਰ ਨਹੀਂ ਸਾਡੇ ਤੋਂ ਸਾਡੇ ਹੀ ਸਰੀਰ ਦੇ ਵਿੱਚ ਅੰਤਰਗਤ ਜਿੱਥੇ ਸਾਡਾ ਮਸਤਕ ਹੈ ਨਾ ਮਸਤਕ ਦੇ ਅੰਦਰਲੇ ਪਾਸੇ ਉਹ ਆਸਣ ਲਾ ਕੇ ਬੈਠੇ ਹੋਏ ਆ ਤੇ ਹਰ ਘਟ ਵਿੱਚ ਮੌਜੂਦ ਆ ਹਰ ਰੌਮ ਵਿੱਚ ਮੌਜੂਦ ਨੇ ਜਿਨ੍ਹਾਂ ਦੇ ਨਾਲ ਆਪਾਂ ਮਲਾਪ ਕਰਨਾ ਹੈ ਅਕਾਲ ਪੁਰਖ ਸੱਚੇ ਪਾਤਸ਼ਾਹ ਉਹ ਸਾਡੇ ਅੰਦਰ ਆਸਣ ਲਾ ਕੇ ਬੈਠੇ ਆ ਆਸਣ ਕਿੱਥੇ ਇਹ ਕਹਿੰਦੇ ਮਸਤਕ ਪਦਮ ਦੁਆਲੇ ਮਣੀ ਮਾਹੇ ਨਿਰੰਜਨ ਤ੍ਰੇ ਪਵਨ ਧਣੀ ਜਿਹੜਾ ਮਸਤਕ ਦਾ ਪਦਮ ਹੁੰਦਾ ਹੈ ਸੈਂਟਰ ਮਸਤਕ ਦੇ ਵਿੱਚ ਜਿੱਥੇ ਇਹਨੂੰ ਪਦਮ ਕਿਹਾ ਜਾਂਦਾ ਹੈ ਇਹਦੇ ਵਿੱਚ ਕਹਿੰਦੇ ਮਣੀ ਦੇ ਵਿੱਚ ਉਹ ਸੱਚੇ ਪਾਤਸ਼ਾਹ ਜੀ ਬੈਠੇ ਆ ਪਦਮ ਦੀ ਮਣੀ 'ਚ ਨਿਸ਼ਾਨੀ ਦੱਸ ਦਿੱਤੀ ਹੈ ਕਹਿੰਦੇ ਪੰਜ ਸ਼ਬਦ ਨਿਰਮਾਇਲ ਵਾਜੇ ਟੁਲਕੇ ਚਵਰ ਸੰਖ ਘਣਗਾਜੇ ਤੇ ਜਦੋਂ ਕੋਈ ਮਸਤਕ ਤੇ ਪਹੁੰਚਦਾ ਹੈ ਧਿਆਨ ਦਵਰਾ ਤੇ ਮਹਾਰਾਜ ਕਹਿੰਦੇ ਉੱਥੇ ਬੜੇ ਨਿਰਮਲ ਪੰਜ ਸ਼ਬਦ ਵਜਦੇ ਆ ਤੇ ਉਹ ਕਿਹੜੇ ਪੰਜ ਸ਼ਬਦ ਨੇ ਕਹਿੰਦੇ ਟੁਲਕੇ ਚਵਰ ਸੰਖ ਘਣਗਾਜੇ ਗੱਜ ਪੈਂਦੀ ਹੈ ਅੰਦਰੋਂ ਤੇ ਹੁਣ ਸੱਚੇ ਪਾਤਸ਼ਾਹ ਜੀ ਕਹਿੰਦੇ ਵੀ ਉਹ ਅੰਦਰ ਬੈਠੇ ਸਾਨੂੰ ਆਪ ਦਾ ਆਪਾ ਜਣਾਉਂਦੇ ਆ ਅਕਾਲ ਪੁਰਖ ਸੱਚੇ ਪਾਤਸ਼ਾਹ ਅੰਦਰ ਬੈਠ ਕੇ ਮਨ ਨੂੰ ਹਰ ਵਕਤ ਯਾਦ ਕਰਾਉਣ ਦੀ ਕੋਸ਼ਿਸ਼ ਕਰ ਰਹੇ ਆ ਕਿਉਂਕਿ ਇੱਕ ਖੇਡ ਹੈ ਅਕਾਲ ਪੁਰਖ ਨੇ ਆਪ ਬਣਾਇਆ ਤੇ ਖੇਡ ਦੇ ਮੁਤਾਬਕ ਕੀ ਚੱਲਦਾ ਪਿਆ ਸਾਰਾ ਇਥੋਂ ਦਾ ਦੁਨੀਆ ਦਾ ਹੁਕਮ ਜੋ ਹੈ ਸਿਸਟਮ ਜੋ ਹੈ ਖੇਡ ਦੇ ਮਤਾਬਕ ਸਾਨੂੰ ਕਿਹਾ ਜਾ ਰਿਹਾ ਉਧਰੋਂ ਪੰਗੇ ਦੂਤ ਵਿਚਾਰਾਂ ਦੀ ਖੇਡ ਦੇ ਰਹੇ ਆ ਤੇ ਆਤਮਾ ਉਹਨਾਂ ਵਿਚਾਰਾਂ ਦੇ ਵਿੱਚੋਂ ਸਾਨੂੰ ਵੱਖਰਾ ਕਰਕੇ ਆਪਦੇ ਪਾਸੇ ਨੂੰ ਧਿਆਨ ਕਰਾ ਰਹੀ ਆ ਤੇ ਸੱਚੇ ਪਾਤਸ਼ਾਹ ਜੀ ਫਿਰ ਸਾਨੂੰ ਕਹਿੰਦੇ ਆ ਕਿ ਹੁਣ ਮਾਲਕ ਤਾਂ ਸਾਨੂੰ ਅੰਦਰੋਂ ਜਣਾਉਣ ਦੇ ਯਤਨ ਕਰਦਾ ਸਾਨੂੰ ਅੰਦਰੋਂ ਭੇਜ ਦਿੰਦੇ ਆ ਜਦੋਂ ਸਾਡਾ ਮਨ ਡੋਲਦਾ ਪੰਜਾਂ ਦੂਤਾਂ ਵਸ ਜਾਂਦਾ ਔਗਣਾ ਵਸ ਜਾਂਦਾ ਅਕਾਲਪੁਰ ਸੱਚੇ ਪਾਤਸ਼ਾਹ ਜੀ ਸਾਨੂੰ ਅੰਦਰੋਂ ਗਿਆਨ ਦਿੰਦੇ ਆ ਤੇ ਵੈਸੇ ਵੀ ਜਦੋਂ ਸਾਡਾ ਮਨ ਹੁਣ ਆਪੇ ਦੀ ਪਛਾਣ ਕਰਨੀ ਚਾਹੁੰਦਾ ਤਾਂ ਉਹਨੂੰ ਆਪ ਦੇ ਨਾਲ ਜੋੜਦੇ ਆ ਪਰ ਜਿਉਂ ਹੀ ਸੱਚੇ ਪਾਤਸ਼ਾਹ ਜੀ ਅੰਦਰੋਂ ਆਪ ਦਾ ਕੋਈ ਵਚਨ ਭੇਜਦੇ ਆ ਆਪ ਦਾ ਕੋ ਸਿਗਨਲ ਭੇਜਦੇ ਆ ਜੇ ਮੰਨ ਲਓ ਮਨ ਦੇ ਵਿੱਚ ਸਾਡੇ ਕੋਈ ਸਵਾਲ ਹੈ ਉਹ ਸਵਾਲ ਦਾ ਸਾਨੂੰ ਅੰਤਰਗਤ ਸਿਮਰਨ ਕਰਕੇ ਆਪਾਂ ਬੇਨਤੀ ਕਰਦੇ ਆਂ ਸਾਨੂੰ ਭੇਤ ਲੱਗੇ ਪਹਿਲੀ ਗੱਲ ਤਾਂ ਮਾਇਆ ਦਾ ਜਾਲ ਇੰਨਾ ਵੱਡਾ ਹੈ ਕੂੜ ਦੀ دیوار ਇੰਨੀ ਵੱਡੀ ਖੜੀ ਹੋਈ ਹੈ ਫਿਰ ਜਦੋਂ ਆਪਾਂ ਬੇਨਤੀ ਕਰਨ ਲੱਗਦੇ ਆਂ ਭੇਤ ਲੈਣ ਲੱਗਦੇ ਆਂ ਆਪਦੀ ਖੋਜ ਕਰਨ ਲੱਗਦੇ ਆਂ ਤੇ ਇਹ ਜਾਲ ਜਿਹੜਾ ਹੈਗਾ ਅੱਗੇ ਲੰਘਣ ਹੀ ਨਹੀਂ ਦਿੰਦਾ ਤੇ ਜੇ ਕਿਤੇ ਮਹਾਰਾਜ ਸੱਚੇ ਪਾਤਸ਼ਾਹ ਅੰਦਰੋਂ ਕਿਰਪਾ ਕਰ ਵੀ ਦੇਣ ਆਪਾਂ ਕੋਈ ਸਵਾਲ ਦਾ ਜਵਾਬ ਖੋਜਣ ਦੀ ਕੋਸ਼ਿਸ਼ ਕਰ ਰਹੇ ਹਾਂ ਉਹ ਜਵਾਬ ਆ ਵੀ ਗਿਆ ਤੇ ਨਾਲੋਂ ਨਾਲ ਮਾਇਆ ਜਿਹੜੀ ਹੈ ਹਉਮੈ ਜਿਹੜੀ ਹੈ ਉਹ ਇੱਕ ਹੋਰ ਨਵਾਂ ਸਵਾਲ ਖੜਾ ਕਰ ਦਿੰਦੀ ਹੈ ਤ੍ਰਿਪਤ ਨਹੀਂ ਹੋਣ ਦਿੰਦੀ ਅੰਦਰੋਂ ਇੱਕ ਜਵਾਬ ਆਇਆ ਨਾਲੋਂ ਨਾਲ ਦੂਜਾ ਸਵਾਲ ਕਰਦਾ ਦੂਜਾ ਆਇਆ ਤੀਜਾ ਸਵਾਲ ਕਰਤਾ ਤੀਜਾ ਆਇਆ ਚੌਥਾ ਸਵਾਲ ਕਰਤਾ ਅੰਦਰ ਸਵਾਲ ਪੈਦਾ ਹੋਈ ਜਾਂਦੇ ਆ ਤੇ ਮਨ ਦੀ ਨਵਾਂ ਸਵਾਲ ਆਉਣ ਤੇ ਮਨ ਦੀ ਫਿਰ ਤ੍ਰਿਸ਼ਨਾ ਉਵੇਂ ਦੀ ਉਵੇਂ ਹੀ ਬਣੀ ਰਹਿੰਦੀ ਆ ਇਸੇ ਤਰ੍ਹਾਂ ਸੰਗਤ ਵਿੱਚ ਗੁਰਮਖਾਂ ਦੇ ਨਾਲ ਜੋ ਗੁਰਮਤ ਹੈ ਉਸ ਦਾ ਇਹ ਸਿਧਾਂਤ ਹੈ ਸਾਨੂੰ ਸਵਾਲ ਅਤੇ ਜਵਾਬ ਦੋਨਾਂ ਤੋਂ ਉੱਪਰ ਉਠਾਉਂਦੀ ਆ ਕਿਉਂਕਿ ਜਿਸ ਘਰ ਦੇ ਵਿੱਚੋਂ ਅਸੀਂ ਆਏ ਆਂ ਜਿਸ ਦੇਸ਼ ਦੇ ਅਸੀਂ ਰਹਿਣ ਵਾਲੇ ਆਂ ਉੱਥੇ ਨਾ ਸਵਾਲ ਹੈ ਨਾ ਜਵਾਬ ਹੈ ਉੱਥੇ ਕੇਵਲ ਧਿਆਨ ਚੱਲਦਾ ਹੈ ਕੇਵਲ ਸੱਚ ਕਿਉਂਕਿ ਸਵਾਲ ਤੇ ਜਵਾਬ ਕਦੋਂ ਹੁੰਦਾ ਹੈ ਜਦੋਂ ਅਗਿਆਨਤਾ ਹੋਵੇ ਜਿੱਥੇ ਦੋ ਮਾਰਗ ਚੱਲਦੇ ਆਂ ਵੀ ਆਹ ਖੇੜ ਇਸ ਤਰ੍ਹਾਂ ਕਿਉਂ ਹੈ ਉਹ ਅਗਿਆਨਤਾ ਹੈ ਉਹਦਾ ਫਿਰ ਜਵਾਬ ਆਉਂਦਾ ਹੈ ਫਿਰ ਦੂਜੀ ਫਿਰ ਫਿਰ ਤੀਜਾ ਤੇ ਆਪਾਂ ਨੂੰ ਆਪਣੇ ਸਵਾਲਾਂ ਦੇ ਜਵਾਬ ਨਹੀਂ ਮਿਲੇ ਤੇ ਆਪਾਂ ਗਿਆਨਤਾ ਵਿੱਚ ਘੁੰਮਦੇ ਆਂ ਪਰ ਜਿਹੜਾ ਮਾਲਕ ਦਾ ਸੱਚੇ ਪਾਤਸ਼ਾਹੀ ਦਾ ਦੇਸ਼ ਹੈ ਜਿੱਥੋਂ ਦੇ ਆਪਾਂ ਸਾਰੇ ਰਹਿਣ ਵਾਲੇ ਆਂ ਉੱਥੇ ਕੋਈ ਵੀ ਸਵਾਲ ਜਵਾਬ ਨਹੀਂ ਪਾਰ ਦ੍ਰਿਸ਼ਟਾ ਉੱਥੇ ਕੇਵਲ ਸੱਚੀ ਸੱਚੇ ਗਿਆਨ ਹੀ ਗਿਆਣਾ ਇਸ ਕਰਕੇ ਉੱਥੇ ਕੋਈ ਵੀ ਪੁੱਛਣ ਦੀ ਲੋੜ ਨਹੀਂ ਕੋਈ ਨਰਮਾ ਦਾ ਨਹੀਂ ਨਾ ਕੋ ਬੱਚਾ ਬੁੱਢਾ ਹੈ ਸਾਰੇ ਇੱਕੋ ਜਿਹਾਂ ਜੋਤਾਂ ਮਨ ਜਿੰਨਾਂ ਨੂੰ ਕਿਹਾ ਜਾਂਦਾ ਹੈ ਇਸ ਦੁਨੀਆ ਵਿੱਚ ਇੱਕੋ ਹੀ ਜੋਤ ਆ ਉੱਥੇ ਉਹ ਇੱਕੋ ਜੋਤ ਇੱਕ ਸਮਝੇ ਹੋ ਕੇ ਮਾਲਕ ਦੇ ਪ੍ਰਕਾਸ਼ ਦੇ ਵਿੱਚ ਗੁਰਮੁਖ ਬੈਠੇ ਨੇ। ਉਹਨਾਂ ਦੇ ਘਰ ਤੋਂ ਜਦੋਂ ਆਪਾਂ ਬਾਹਰ ਆਏ ਸੱਚੇ ਮਹਿਲ ਤੋਂ ਆਪਾਂ ਜਦੋਂ ਆਉਨੇ ਆ ਤੇ ਉਥੋਂ ਫਿਰ ਅਨਹਦ ਬਾਣੀ ਦਾ ਇਲਾਕਾ ਸ਼ੁਰੂ ਹੋ ਜਾਂਦਾ। ਅਨਹਦ ਬਾਣੀ ਤੋਂ ਅੱਗੇ ਫਿਰ ਜਦੋਂ ਆਏ ਇਸ ਸੰਸਾਰ ਦੇ ਵਿੱਚ ਆਏ ਤਾਂ ਇਹ ਤ੍ਰੈਗੁਣ ਦਾ ਇਲਾਕਾ ਸ਼ੁਰੂ ਹੋ ਜਾਂਦਾ। ਇੱਥੇ ਸਵਾਲ ਜਵਾਬ ਨੇ ਹੁਣ ਜਿਸ ਘਰ ਦੇ ਵਿੱਚ ਆਪਾਂ ਜਾਣਾ ਹੈ ਜਿਸ ਸੱਚਖੰਡ ਕਿਆ ਥਿਰ ਘਰ ਕਿਆ ਥਿਰ ਘਰ ਉਹਨੂੰ ਕਿਉਂ ਕਿਆ ਵੀ ਉੱਥੇ ਥਿਰ ਹੈ ਉੱਥੇ ਕੁਛ ਇਹੋ ਜਿਹਾ ਹੈ ਨਹੀਂ ਸਮਰਪਣ ਭਾਵ ਹੈ ਸਿਰਫ ਸਿਰਫ ਧਿਆਨ ਦੇ ਵਿੱਚ ਆਪਾਂ ਉੱਥੇ ਵਿਚਰੀ ਜਾਂਦੇ ਹਾਂ ਸਹਿਜ ਸਭਾਏ ਜਿਵੇਂ ਪਿਤਾ ਨੇ ਬੱਚੇ ਨੂੰ ਹੁਕਮ ਕੀਤਾ ਵੀ ਜਾਓ ਤੁਸੀਂ ਬਾਜ਼ਾਰ ਦੇ ਵਿੱਚੋਂ ਜਾ ਕੇ ਆ ਲੈ ਆਓ ਬੱਚੇ ਨੇ ਸੱਤ ਕਰਕੇ ਮੰਨਿਆ ਉਹ ਇੱਕ ਧਿਆਨ ਦੇ ਵਿੱਚ ਵੀ ਮੈਨੂੰ ਪਿਤਾ ਦਾ ਹੁਕਮ ਹੋਇਆ ਬਸ ਤੁਰਿਆ ਜਾਂਦਾ ਕੰਮ ਕਰਕੇ ਵਾਪਸ ਆ ਜਾਂਦਾ ਇੱਕ ਧਿਆਨ ਚੱਲੀ ਜਾਂਦਾ ਹੁਣ ਇਸ ਸੰਸਾਰ ਦੇ ਵਿੱਚ ਆ ਕੇ ਸਾਰੀ ਖੇਡ ਉਲਟਾ ਜਿੱਥੇ ਸਾਡਾ ਜਨਮ ਹੋ ਗਿਆ ਇੱਥੇ ਸਵਾਲ ਜਵਾਬ ਚੱਲਦੇ ਆ ਫੁਰਨੇ ਚੱਲਦੇ ਆ ਅਗਿਆਨਤਾ ਵਿੱਚ ਮਨ ਨੂੰ ਹਰ ਗੱਲ ਦੇ ਉੱਪਰ ਮਨ ਨੂੰ ਇਸ ਤਰ੍ਹਾਂ ਅਨਪਵੰਦਰੋਂ ਕਰਾਇਆ ਜਾਂਦਾ ਵੀ ਆਹ ਕੰਮ ਕਰਨਾ ਚਾਹੀਦਾ ਕਿ ਨਹੀਂ ਹਰ ਗੱਲ ਦੇ ਪ੍ਰਤੀ ਸ਼ੰਕਾ ਹੈ ਹਰ ਗੱਲ ਪ੍ਰਤੀ ਥੋੜਾ ਜਿਆ ਫਿਰ ਮਨ ਕੋਈ ਕੰਮ ਕਰਕੇ ਦੇਖਦਾ ਫਿਰ ਉਹ ਉਸਤੇ ਤੇ ਦ੍ਰਿੜਤਾ ਕਰਕੇ ਭੇਤ ਨਹੀਂ ਆਉਣ ਦਿੰਦੀ ਮਾਇਆ ਤੇ ਜਦੋਂ ਅੰਦਰੋਂ ਮਨ ਭੇਤ ਲੈਣ ਦਿੰਦਾ ਨਾਲੋਂ ਨਾਲ ਜਾਲ ਪਾ ਦਿੰਦੀ ਆ ਫਿਰ ਹੁਣ ਜਿਹੜੇ ਗੁਰਮਖ ਆ ਉਹ ਸਿਮਰਨ ਕਰਦੇ ਪਿਆ ਜਾਂ ਬਾਣੀ ਪੜ ਰਿਹਾ ਹੈ ਜਾਂ ਕੋਈ ਸੇਵਾ ਕਰ ਰਿਹਾ ਜਾਂ ਕੋਈ ਯੋਗਾ ਕਰ ਰਿਹਾ ਜਾਂ ਕੋਈ ਧਿਆਨ ਲਾ ਰਿਹਾ ਜਾਂ ਆਪਾਂ ਦੇਖਦੇ ਆਂ ਵੀ ਅੱਜ ਕੱਲ੍ਹ ਨੈਟ ਤੇ ਆਪਾਂ ਦੇਖਦੇ ਆਂ ਵੀ ਨੱਚੀ ਟੱਪੀ ਜਾਂਦੇ ਆਂ ਨੱਚਦੇ ਨੱਚਦੇ ਭਗਤੀ ਕਰਦੇ ਆਂ ਬਹੁਤ ਸਾਰੀਆਂ ਸੰਸਥਾਵਾਂ ਸਰੀਰ ਦੇ ਵਿੱਚੋਂ ਨਿਕਲਣ ਦੇ ਲਈ ਹਰ ਇੱਕ ਬੰਦਾ ਯਤਨ ਕਰ ਰਿਹਾ ਸਰੀਰ ਤੋਂ ਉੱਫੜ ਉੱਠਣ ਲਈ ਭਗਤੀ ਨੂੰ ਪਛਾਣਨ ਲਈ ਜੇ ਕੋਈ ਸ਼ਰਾਬ ਪੀਂਦਾ ਕੋਈ ਨਸ਼ਾ ਕਰਦਾ ਉਹ ਵੀ ਇਹੀ ਹੈ ਵੀ ਉਹ ਸੁੱਖ ਚਾਹੁੰਦਾ ਉਹ ਥੋੜਾ ਜਿਹਾ ਆਰਜੀ ਤੌਰ ਤੇ ਉਹਨੂੰ ਸੁੱਖ ਮਿਲਦਾ ਪਰ ਉਹਨੂੰ ਇਹ ਨਹੀਂ ਪਤਾ ਇਹ ਸੁੱਖ ਤੇਰੇ ਸਰੀਰ ਨੂੰ ਵੱਢ ਕੇ ਮਿਲਦਾ ਪਿਆ ਨਸ਼ਾ ਕਰੀ ਜਾਂਦਾ ਫਿਰ ਉਹਨੂੰ 10-20 ਸਾਲ ਬਾਅਦ ਪਤਾ ਲੱਗ ਜਾਂਦਾ ਵੀ ਵਾਕੇ ਸਰੀਰ ਖਤਮ ਹੋ ਗਿਆ ਹੁਣ ਨਸ਼ਾ ਅਸਰ ਨਹੀਂ ਕਰਦਾ ਉਦੋਂ ਉਹਦੇ ਕੋਲ ਕੋਈ ਲਾਜ ਨਹੀਂ ਜਿੰਨਾ ਚਿਰ ਸਰੀਰ ਨਸ਼ਾ ਸਹਿੰਦਾ ਹੈ ਉਹਨਾਂ ਚਿਰ ਹੀ ਸੋਖਾ ਜਦੋਂ ਸਰੀਰ ਨਸ਼ਾ ਸਹਿਣੋਂ ਹਟ ਗਿਆ ਫਿਰ ਨਸ਼ਾ ਵੀ ਨਹੀਂ ਕੰਮ ਕਰਦਾ ਫਿਰ ਕਿੱਥੇ ਜਾਊਗਾ ਬਾ ਫਿਰ ਕਹਿੰਦਾ ਜੀ ਠੀਕ ਹੈ ਵੀ ਹੁਣ ਤਾਂ ਸਰੀਰ ਤਿਆਗ ਦਈਏ ਇਸ ਤੋਂ ਉੱਪਰ ਤਾਂ ਕੁਝ ਹੈ ਨਹੀਂ ਕੋਈ ਮਿਹਨਤ ਕਰਦਾ ਪਿਆ ਵੀ ਖੇਤੀਬਾੜੀ ਕਰ ਰਿਹਾ ਉਹ ਕਹਿੰਦਾ ਏਸੇ ਚੀਜ਼ ਸੁਖਾ ਜਦੋਂ ਹੌਲੀ ਹੌਲੀ ਹੱਡ ਰਹਿ ਗਏ ਉਹੀ ਖੇਤੀ ਫਿਰ ਉਹਨੂੰ ਦੁੱਖ ਦੇਣ ਲੱਗ ਜਾਂਦੀ ਬੰਦਾ ਹਰ ਇੱਕ ਮਨੁੱਖ ਪ੍ਰੈਕਟੀਕਲੀ ਕਰਦਾ ਪਿਆ ਕੋਈ ਕੰਮ ਵਸ ਸੁਖ ਨੂੰ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰ ਰਿਹਾ ਕੋਈ ਪੜ੍ਹਾਈ ਕਰ ਰਿਹਾ ਕੋ ਪੈਸਾ ਕਮਾ ਰਿਹਾ ਕੋ ਫਕੀਰੀ ਕਮਾ ਰਿਹਾ ਕੋ ਗਰੀਬੀ ਵਿੱਚ ਬੈਠਿਆ ਕਹਿ ਰਿਹਾ ਵੀ ਇਹੀ ਠੀਕ ਹੈ ਪਰ ਜਦੋਂ ਜੀਵਨ ਦੇ ਐਂਡ ਤੱਕ ਜਾਂਦਾ ਉਹਨੂੰ ਭਰੋਸਾ ਆ ਜਾਂਦਾ ਵੀ ਨਾ ਇਹਦੇ ਵਿੱਚ ਕੁਝ ਵੀ ਨਿਕਲਿਆ ਨਿਕਲਣਾ ਕਿਸੀ ਜੋ ਖਾ ਲਿਆ ਪੀ ਲਿਆ ਨੰਦੀ ਹੈ ਬਸ ਹੁਣ ਇਸੇ ਤਰ੍ਹਾਂ ਫਿਰ ਮਹਾਰਾਜ ਕਹਿੰਦੇ ਸਾਰਾ ਤਾਂ ਹੋ ਰਿਹਾ ਵੀ ਜਿਹੜੀ ਭਗਤੀ ਹੈ ਉਹ ਸੰਸਾਰ ਦੇ ਵਿੱਚ ਨਹੀਂ ਹੁੰਦੀ ਜਿਹੜਾ ਧਰਮ ਹੈ ਉਹ ਤ੍ਰੈਗੁਣ ਦੇ ਵਿੱਚ ਮਾਇਆ ਵਿੱਚ ਪ੍ਰਗਟ ਨਹੀਂ ਹੁੰਦਾ ਇੱਥੇ ਤਾਂ ਸਿਰਫ ਆਪਾਂ ਜਾਣਕਾਰੀ ਲੈ ਕੇ ਦ੍ਰਿੜ ਕਰਨਾ ਹੈ ਦ੍ਰਿੜ ਤਰੀਕੇ ਨਾਲ ਕਰਕੇ ਫਿਰ ਆਪਾਂ ਜਦੋਂ ਧਿਆਨ 'ਚ ਬੈਠਣਾ ਹੈ ਉਹ ਇਸ ਸਰੀਰ ਦੇ ਅੰਦਰ ਹੈ ਗੁਰਦੁਆਰਾ ਜਿੱਥੇ ਆਪਾਂ ਬੈਠਣਾ ਹੈ ਜਿੱਥੇ ਅਨਹਦ ਬਾਣੀ ਦੇ ਸਾਜ਼ ਚੱਲਦੇ ਐ ਉਥੇ ਮਨ ਜਾ ਕੇ ਨੱਚਦਾ ਤੇਰਾ ਜਨ ਨਿਰਤ ਕਰੈ ਗੁਣ ਗਾਵੈ ਕਿੱਥੇ ਨਿਰਤ ਕਰਦਾ ਐ ਗੁਣ ਗਾਉਂਦਾ ਕਹਿੰਦੇ ਰਬਾਬ ਪਖਾਵਜ ਤਾਲ ਘੁੰਗਰੂ ਅਨਹਦ ਸ਼ਬਦ ਬਜਾਵੈ ਅਨਹਦ ਸ਼ਬਦਾਂ ਵਿੱਚ ਜਾ ਕੇ ਨਿਰਤ ਕਰਦਾ ਐ ਮਨ ਮਨ ਕਰਦਾ ਹੁਣ ਆਪਣਾ ਉਲਟ ਹੋ ਗਿਆ ਇੱਥੇ ਸਰੀਰ ਕਰਕੇ ਲੋਕ ਨੱਚੀ ਜਾਂਦੇ ਆ ਨਾਲ ਜਨਤਾ ਪੰਡਾਲਾਂ ਦੇ ਪੰਡਾਲ ਪਰ ਉਹ ਵੀ ਨੱਚੀ ਜਾਂਦੇ ਜਿਹੜਾ ਦ੍ਰਿੜ ਕਰਾਉਣ ਵਾਲਾ ਉਹ ਵੀ ਨੱਚੀ ਜਾਂਦਾ ਕਹਿੰਦੇ ਭਗਤ ਕਰਾਂ ਮੂਰਖ ਆਪ ਜਣਾਵੇਂ ਨੱਚ ਨੱਚ ਟੱਪੈ ਬਹੁਤ ਦੁੱਖ ਪਾਵੈ ਨੱਚੀਏ ਟੱਪੀਏ ਭਗਤ ਨਾ ਹੋਈ ਕਹਿੰਦੇ ਭਗਤੀ ਕਰਦੇ ਨੇ ਆਪੇ ਦੇ ਹਿਸਾਬ ਨਾਲ ਗੁਰਮਤ ਮੁਤਾਬਕ ਤਾਂ ਚੱਲਦੇ ਨਹੀਂ ਭਗਤ ਕਰਾਂ ਮੂਰਖ ਆਪ ਜਣਾਵੇਂ ਨੱਚ ਨੱਚ ਟੱਪੈ ਨੱਚਦੇ ਆ ਟੱਪਦੇ ਆ ਦੇਖਿਆ ਤੁਸੀਂ ਨੈਟ ਤੇ ਅੱਜਕੱਲ ਕਿੰਨਾ ਕੁ ਚੱਲਦਾ ਨੱਚ ਨੱਚ ਟੱਪਾਂ ਬਹੁਤ ਦੁੱਖ ਪਾਵੈ ਨੱਚੀਏ ਟੱਪੀਏ ਭਗਤ ਨਾ ਹੋਈ ਨੱਚ ਟੱਪ ਕੇ ਥੋੜਾ ਨਾ ਭਗਤੀ ਹੁੰਦੀ ਆ ਉਹਦਾ ਸਰੀਰ ਆ ਹਲਾਈ ਜੋ ਗਾਣੇ ਲਾ ਕੇ ਨੱਚੀ ਜੋ ਸਾਜ਼ ਵਜਾ ਕੇ ਨੱਚੀ ਜੋ ਸਰੀਰ ਨੱਚਦਿਆਂ ਨਾ ਚਦੇ ਥਕਾਵਟ ਮਹਿਸੂਸ ਕਰੂਗਾ ਥੱਕ ਜਾਊਗਾ ਲੰਮੇ ਪੈ ਜਾ ਬਹੁਤ ਆਨੰਦ ਆ ਗਿਆ ਜੀ ਬਹੁਤ ਆਨੰਦ ਆ ਇਹ ਭਗਤੀ ਹੈ ਸ਼ਬਦ ਮਰੈ ਭਗਤ ਪਾਏ ਜਨ ਸੋਏ ਜਿਹੜਾ ਸ਼ਬਦ ਦੇ ਵਿੱਚ ਮਰ ਗਿਆ ਉਹ ਭਗਤੀ ਨੂੰ ਪ੍ਰਾਪਤ ਹੁੰਦਾ ਹੈ ਹੁਣ ਬਹੁਤ ਸਾਰੇ ਗੁਰਮੁਖ ਨੇ ਜਿਹੜੇ ਦਿਨ ਰਾਤ ਸਰੀਰ ਦੇ ਉੱਪਰ ਲੋਡ ਲੈ ਕੇ ਬਾਣੀ ਪੜਨ ਦੀ ਕੋਸ਼ਿਸ਼ ਕਰਦੇ ਆ ਮਾਲਾ ਫੇਰਨ ਦੀ ਕੋਸ਼ਿਸ਼ ਕਰਦੇ ਆ ਵੀ ਅਸੀਂ ਵੱਧੋ ਵੱਧ ਬਾਣੀ ਪੜੀਏ ਵੱਧੋ ਵੱਧ ਮਾਲਾ ਫੇਰੀਏ ਵੱਧੋ ਵੱਧ ਸਿਮਰਨ ਹੀ ਕਰੀ ਜਾਈਏ ਪਰ ਉਹਨਾਂ ਨੂੰ ਅੱਗੇ ਨਿਜਪੱਤ ਦਾ ਦਸਵੇਂ ਕਰਦਾ ਸੱਚ ਦਾ ਭੇਤ ਨਹੀਂ ਉਹਦੇ ਨਾਲ ਕੀ ਹੁੰਦਾ ਜਾਦਾ ਬਾਣੀ ਪੜਨ ਨਾਲ ਜਾਦਾ ਮਾਲਾ ਫੇਰਨ ਨਾਲ ਜਾਂ ਕਿਸੇ ਮੰਤਰ ਦਾ ਜਾਪ ਕਰਨ ਦੇ ਨਾਲ ਹੌਲੀ ਹੌਲੀ ਜਿਹੜਾ ਸਰੀਰ ਹੈ ਇਹਦੇ ਉੱਪਰ ਲੋਡ ਆ ਜਾਂਦਾ ਹੈ ਨਾੜਾਂ ਦੇ ਵਿੱਚ ਖਿਚਾਓ ਬਣਦਾ ਜਦੋਂ ਨਾੜਾਂ ਦੇ ਵਿੱਚ ਖਿਚਾਓ ਬਣ ਗਿਆ ਸਰੀਰ ਉੱਪਰ ਲੋਡ ਆ ਗਿਆ ਸਰੀਰ ਹੌਲੀ ਹੌਲੀ ਡਿਪਰੈਸ਼ਨ ਪਾਸੇ ਚੱਲ ਪੈਂਦਾ ਕਿਉਂਕਿ ਫੁਰਨੇ ਅੰਦਰੋਂ ਰੁਕਦੇ ਨਹੀਂ ਫੁਰਨਿਆਂ ਵਿੱਚ ਬਾਣੀ ਪੜੀ ਜਾਂਦੇ ਆ ਫੁਰਨਿਆਂ ਤੋਂ ਰਹਿਤ ਹੋ ਕੇ ਸਰੀਰ ਨੂੰ ਰਿਲੈਕਸ ਕਰਕੇ ਅੱਗੇ ਨਹੀਂ ਜਾਣਾ ਫੁਰਨਿਆਂ ਦੇ ਵਿੱਚ ਹੀ ਮਾਲਾ ਫੇਰੀ ਜਾਂਦੇ ਆ ਫਿਰ ਉਹ ਹੌਲੀ ਹੌਲੀ ਜਿਹੜੀ ਬਾਣੀ ਦੇ ਵਿੱਚੋਂ ਆਪਾਂ ਅੰਮ੍ਰਿਤ ਪ੍ਰਾਪਤ ਕਰਨਾ ਸੀ ਪੜਨ ਦਾ ਤਰੀਕਾ ਨਾ ਹੋਣ ਕਰਕੇ ਸਰੀਰ ਭਾਰਾ ਹੋਣ ਲੱਗ ਜਾਂਦਾ ਹੈ ਸਰੀਰ ਦੇ ਉੱਪਰ ਲੋਡ ਆ ਜਾਂਦਾ ਡਿਪਰੈਸਡ ਹੋ ਜਾਂਦਾ ਬੰਦਾ ਜਿਵੇਂ ਦੁੱਧ ਨੂੰ ਜੇ ਤਾ ਤਰੀਕੇ ਨਾਲ ਰੜਕੋਗੇ ਤਾਂ ਉਹਦੇ ਵਿੱਚੋਂ ਘਿਓ ਵੀ ਨਿਕਲ ਜਾਂਦਾ ਲੱਸੀ ਵੀ ਮੱਖਣੀ ਵੀ ਦਹੀਂ ਵੀ ਬਣ ਜਾਂਦਾ ਤੇ ਜੇ ਤੋ ਘਿਓ ਦੁੱਧ ਨੂੰ ਰੜਕਣਾ ਹੀ ਨਹੀਂ ਆਉਂਦਾ ਪਰ ਦੁੱਧ ਦੇ ਘਰ ਰਤਨ ਹੈ ਜੇ ਉਹ ਫਟ ਵੀ ਜਾਵੇ ਤਾਂ ਵੀ ਪਨੀਰ ਬਣ ਜਾਂਦਾ ਉਹਦੇ ਚ ਇਸ ਕਰਕੇ ਬਾਣੀ ਗੁਰੂ ਤਾਂ ਨਾਮ ਦੇ ਰਤਨ ਨੇ ਇਹਨਾਂ ਨੂੰ ਤਰੀਕੇ ਤੋਂ ਬਿਨਾਂ ਵੀ ਪੜੋ ਤਾਂ ਵੀ ਸੁਖ ਦਿੰਦੇ ਨੇ ਪਰ ਗੱਲ ਆ ਵੀ ਜੇ ਤਰੀਕੇ ਦੇ ਨਾਲ ਪੜਾਂਗੇ ਤਾਂ ਪ੍ਰਾਪਤ ਕਰਕੇ ਸੱਚ ਦੇ ਧਾਮ ਨੂੰ ਮਿਲ ਜਾਗੇ ਸੀ ਹੁਣ ਉਥੇ ਕੋਈ ਨੱਚ ਟੱਪ ਕੇ ਭਗਤੀ ਕਰਦਾ ਕੋਈ ਦਿਨ ਰਾਤ ਇੱਕ ਕਰਦਾ ਫਿਰ ਹੌਲੀ ਹੌਲੀ ਜਦੋਂ ਸਰੀਰ ਦੇ ਉੱਪਰ ਡਿਪਰੈਸ਼ਨ ਆ ਜਾਂਦਾ ਫਿਰ ਜਾਦਾ ਜ਼ੋਰ ਲਾ ਕੇ ਸਿਮਰਨ ਕਰਨ ਨਾਲ ਜਾਦਾ ਜ਼ੋਰ ਲਾ ਕੇ ਗਿਣਤੀ ਦੇ ਪਾਠ ਕਰਨ ਨਾਲ ਬਾਣੀ ਪੜਨ ਨਾਲ ਹੌਲੀ ਹੌਲੀ ਜਿਹੜਾ ਮਨ ਹੈ ਕਿਉਂਕਿ ਸਰੀਰ ਜਿੰਨਾ ਸੁਖੀ ਰਹਿੰਦਾ ਮਨ ਉਹਨਾ ਖੁਸ਼ ਰਹਿੰਦਾ ਉਹ ਮਨ ਨੂੰ ਫਿਰ ਕਾਲੀ ਪੈਣ ਲੱਗ ਜਾਂਦੀ ਹੈ ਕਿਸੇ ਨਾਲ ਨਾਮ ਬੋਲਣਾ ਨੀਂਦ ਨਾ ਆਉਣਾ ਚੁੱਪਚਾਪ ਰਹਿਣਾ ਪਰਿਵਾਰ ਤੋਂ ਟੁੱਟ ਜਾਣਾ ਚੰਗੀ ਤਰ੍ਹਾਂ ਪ੍ਰਸ਼ਾਦਾ ਪਾਣੀ ਨਾ ਸਕਣਾ ਸੰਸਾਰ ਦੇ ਵਿੱਚ ਪਹਿਲੋ ਤਾਂ ਕੋ ਮਾੜੇ ਮੋٹے ਕੰਮ ਕਰ ਲੈਂਦਾ ਫਿਰ ਉਹਨੇ ਕੰਮਾਂ ਤੋਂ ਵੀ ਜਾਂਦਾ ਹੈ ਕਮਰੇ ਵਿੱਚ ਬੰਦ ਕਰ ਲੈਣਾ ਇਕੱਲੇ ਰਹਿਣ ਦੀ ਆਦਤ ਪੈਣੀ ਹੌਲੀ ਹੌਲੀ ਜਾਦੇ ਡਿਪਰੈਸ਼ਨ ਵੱਧਦਾ ਫਿਰ ਕਹਿੰਦਾ ਮੈਨੂੰ ਤਾਂ ਕੋਈ ਦਿਖਦਾ ਹੈ ਮੇਰੇ ਕੋਲ ਕੋਈ ਬੈਠਾ ਦਿਖਦਾ ਹੈ ਮੇਰੀ ਪਿੱਠ ਪਿੱਛੇ ਕੁਝ ਹੋ ਗਿਆ ਕੁਝ ਉਪਰੋਂ ਥੱਲੇ ਚੜਦਾ ਥੱਲੋਂ ਉੱਪਰ ਚੜਦਾ ਬੈਲੈਂਸ ਅਨਬੈਲੈਂਸ ਹੋ ਗਿਆ ਇਸ ਤਰ੍ਹਾਂ ਭਗਤੀ ਥੋੜੀ ਨਾ ਹੁੰਦੀ ਹੈ ਕੋਈ ਪਾਣੀ ਵਿੱਚ ਖੜਾ ਹੈ ਕੋਈ ਤੀਰਥਾਂ ਤੇ ਜਾ ਰਿਹਾ ਹੈ ਕੋ ਕਿਵੇਂ ਕਰ ਰਿਹਾ ਹੈ ਮਹਾਰਾਜ ਕੀ ਕਹਿੰਦੇ ਆ ਇੱਕ ਗਾਵਤ ਰਹੇ ਮਨ ਸਾਧਨਾ ਪਾਏ ਕਹਿੰਦੇ ਦੁਨੀਆ ਨੇ ਵੀ ਗਾਇਆ ਰੱਬ ਨੂੰ ਪਰ ਉਹਨਾਂ ਦੇ ਮਨ ਵਿੱਚ ਉਹ ਸਾਧ ਨਹੀਂ ਆਇਆ ਉਹ ਅੰਮ੍ਰਿਤ ਨਹੀਂ ਆਇਆ ਇੱਕ ਗਾਵਤ ਰਹੇ ਮਨ ਸਾਧਨਾ ਪਾਏ ਹਉਮੈ ਵਿੱਚ ਗਾਵਾਂ ਬਿਰਥਾ ਜਾਏ ਇਹ ਹਉਮੈ ਤੋਂ ਉੱਪਰ ਉੱਠਣ ਦਾ ਤਰੀਕਾ ਨਹੀਂ ਆਇਆ ਹਉਮੈ ਵਿਚਾਰਾਂ ਚ ਵਿਚਾਰਾਂ ਵਿੱਚ ਗਾਈ ਗਏ ਆ ਹਉਮੈ ਵਿੱਚ ਗਾਈ ਗਏ ਆ ਕਹਿੰਦੇ ਹਉਮੈ ਵਿੱਚ ਗਾਵਾਂ ਬਿਰਥਾ ਜਾਏ ਗਾਵਣ ਗਾਵੈ ਜਿਨ ਨਾਮ ਪਿਆਰ ਸਾਚੀ ਬਾਣੀ ਸ਼ਬਦ ਵਿਚਾਰ ਜਿਹੜੀ ਸੱਚੀ ਅੰਦਰੋਂ ਇਹ ਗੁਰੂ ਗ੍ਰੰਥ ਸਾਹਿਬ ਜੀ ਦੀ ਸੱਚੀ ਬਾਣੀ ਹੈ ਇਹਨੂੰ ਪੜ੍ਹ ਕੇ ਜਿਨ੍ਹਾਂ ਨੇ ਅੰਦਰੋਂ ਸੱਚੀ ਬਾਣੀ ਅਨਹਦ ਬਾਣੀ ਨੂੰ ਖੋਜਿਆ ਅੰਦਰੋਂ ਸੱਚਾ ਨਾਮ ਪ੍ਰਾਪਤ ਕੀਤਾ ਨਾਮ ਕੀ ਹੈ ਇੱਕ ਤਾਂ ਨਾਮ ਆਪਾਂ ਅੱਖਰਾਂ ਨਾਲ ਜਪਦੇ ਹਾਂ ਜਿਵੇਂ ਕੋਈ ਰਾਮ ਜਪਦਾ ਹੈ ਕੋਈ ਹਰੀ ਜਪਦਾ ਹੈ ਅੱਲਾਹ ਜਪਦਾ ਸਾਰੇ ਜਪ ਸਕਦੇ ਹਾਂ ਇਲਾਕੇ ਵਿੱਚ ਜਿਵੇਂ ਜਿਵੇਂ ਭਗਤ ਪ੍ਰਗਟ ਹੋਏ ਨੇ ਜਿਹੜੀ ਜਿਹੜੀ ਭਗਤਾਂ ਦੀ ਭਾਸ਼ਾ ਸੀ ਉਹਨਾਂ ਨੇ ਉਸੇ ਭਾਸ਼ਾ ਦੇ ਵਿੱਚ ਰਾਮ ਕਹਿ ਦਿੱਤਾ ਜਦੋਂ ਅਨੁਭਵ ਕੀਤਾ ਨਾ ਪਰਮੇਸ਼ਰ ਨੂੰ ਤੇ ਰਾਮ ਕਹਿ ਦਿੱਤਾ ਵੀ ਸਾਰੀ ਜਗ੍ਹਾ ਤੇ ਰਮਿਆ ਹੋਇਆ ਹਰ ਹਰ ਕਹਿ ਦਿੱਤਾ ਜਿਹੜਾ ਹਰ ਜਗ੍ਹਾ ਤੇ ਮੌਜੂਦ ਹੈ ਅੱਲਾਹ ਕਹਿ ਦਿੱਤਾ ਜਿਹੜਾ ਉੱਪਰ ਆਕਾਸ਼ ਤੋਂ ਲੈ ਕੇ ਪਤਾਲ ਤੱਕ ਜੀ ਦੀ ਸੱਤਾ ਚੱਲਦੀ ਹੈ ਪਾਰ ਬ੍ਰਹਮ ਕਹਿ ਦਿੱਤਾ ਉਹਨਾਂ ਨੇ ਸਮਝਾਉਣ ਦੇ ਲਈ ਵੀ ਇਸ ਬ੍ਰਹਮ ਦੇ ਵਿੱਚ ਨਹੀਂ ਰੱਬ ਵਸਦਾ ਇਸ ਬ੍ਰਹਮ ਤੋਂ ਉੱਪਰ ਉੱਠੋ ਫੁਰਨੇ ਤੋਂ ਉੱਪਰ ਉੱਠੋ ਪਾਰ ਵਸਦਾ ਉਹ ਇਸ ਤੋਂ ਉਹਨਾਂ ਪਾਰ ਬ੍ਰਹਮ ਕਹਤਾ ਤੇ ਉਹਨਾਂ ਨੇ ਫਿਰ ਕਿਉਂ ਨਾਮ ਜਪਾਇਆ ਜਿਹੜਾ ਪਹਿਲੀ ਸਟੇਜ ਦੇ ਉੱਪਰ ਹਰ ਇੱਕ ਜੀਵ ਦੇ ਫੁਰਨੇ ਬਹੁਤ ਹੁੰਦੇ ਆ ਜਦੋਂ ਜੀਵ ਸੰਗਤ ਦੇ ਵਿੱਚ ਆਉਂਦਾ ਕੋਈ ਨਸ਼ੇ ਪਤੇ ਕਰਦਾ ਇੱਥੇ ਆਉਂਦਾ ਕੋਈ ਘਰਗ੍ਰਸ ਤੋਂ ਤੰਗ ਹੋਇਆ ਇੱਥੇ ਆਉਂਦਾ ਕੋਈ ਵੈਸੇ ਖੋਜੀ ਬਣ ਕੇ ਆਉਂਦਾ ਕੋਈ ਦੁੱਖਾਂ ਦੇ ਵਿੱਚ ਤਕਲੀਫਾਂ ਦੇ ਵਿੱਚੋਂ ਨਿਕਲ ਕੇ ਇੱਥੇ ਆਉਂਦਾ ਤੇ ਉਹ ਸਾਰਿਆਂ ਨੂੰ ਤੁਸੀਂ ਇੱਕਦਮ ਕਿਵੇਂ ਉਸ ਮਾਲਕ ਦੇ ਰਸਤੇ ਤੇ ਤੋਰ ਦੋਗੇ ਕਿਉਂਕਿ ਉਹਨਾਂ ਦੇ ਮਨ ਤਾਂ ਮੈਲੇ ਹੋਏ ਹੋਏ ਨੇ ਮੈਲੇ ਮਨ ਨਾਲ ਸੰਗਤ ਵਿੱਚ ਆਉਂਦੇ ਆ ਇਸ ਕਰਕੇ ਗੁਰਮਖੰਧ ਨੇ ਉਹਨਾਂ ਨੂੰ ਅੱਖਰਾਂ ਦਾ ਨਾਮ ਸ਼ਬਦਾਂ ਦਾ ਨਾਮ ਜਪਾਇਆ ਸਭ ਤੋਂ ਪਹਿਲਾਂ ਨਾਮ ਜਪ ਕਰਨਾ ਜ਼ਰੂਰੀ ਹੈ ਕਿਉਂਕਿ ਮਨ ਉਜਲ ਹੀ ਨਹੀਂ ਹੋਏਗਾ ਤੇ ਮਨ ਅੰਤਰਗਤ ਬੈਠੇਗਾ ਕਿਵੇਂ ਅੰਦਰੋਂ ਅਨੁਭਵ ਕਿਵੇਂ ਕਰੇਗਾ ਉਹਨਾਂ ਨੇ ਕੀ ਕਿਹਾ ਅਖਰੀ ਨਾਮ ਅਖਰੀ ਸਲਾਹ ਅਖਰੀ ਗਿਆਨ ਗੀਤ ਗੁਣਗਾ ਹੁਣ ਅੱਖਰਾਂ ਦੁਆਰਾ ਕੱਲਾ ਨਾਮ ਨਹੀਂ ਜਪਣਾ ਅੱਖਰਾਂ ਦੁਆਰਾ ਮਾਲਕ ਦੀ ਸ਼ੋਭਾ ਵੀ ਕਰਨੀ ਹੈ ਆਓ ਸਿੱਖ ਸਤਗੁਰ ਕੇ ਪਿਆਰਿਓ ਅਕਰਥ ਕੀ ਕਰੋ ਕਹਾਣੀ ਕਰੋ ਕਹਾਣੀ ਇਕੱਠ ਕੇਰੀ ਕਿਤ ਦਵਾਰੇ ਪਾਈ ਐ ਨਾਲੇ ਸਿਮਰਨ ਕਰਨਾ ਨਾਲੇ ਇਕੱਠ ਕਹਾਣੀ ਕਰਨੀ ਐ ਤੁਸੀਂ ਨਹੀਂ ਕਰਨੀ ਦੂਜਾ ਕਰੇਗਾ ਉਹਦੀ ਬੈਠ ਕੇ ਸੁਣੋ ਕਿਤ ਦਵਾਰੇ ਪਾਈ ਐ ਹੁਣ ਆਪਾਂ ਇਹੀ ਵਿਚਾਰ ਕਰਦੇ ਪਏ ਨਾ ਕਿਵੇਂ ਮਿਲੇ ਜਿਹੜੇ ਮੂਲ ਤੋਂ ਆਪਾਂ ਵਿਛੜ ਚੁੱਕੇ ਆ ਹੁਣ ਉਹਦੇ ਵਿੱਚ ਕਿਵੇਂ ਸਮਾਈਏ ਤਾਂ ਫਿਰ ਉਹ ਗੋ ਬਚਨ ਕਰਦੇ ਨੇ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਓ ਪਾਈ ਐ ਹੁਕਮ ਮੰਨਿਓ ਗੁਰੂ ਕੇਰਾ ਗਾਵੋ ਸੱਚੀ ਫਿਰ ਆਤਾ ਆਪਾਂ ਇਸ ਤਰ੍ਹਾਂ ਤਨ ਮਨ ਧਨ ਸੌਂਪਣ ਦਾ ਤਰੀਕਾ ਵਿਚਾਰ ਕੀਤੀ ਸੀ ਨਾ ਸਾਰਿਆਂ ਨੇ ਵੀ ਕਿਵੇਂ ਤਨ ਮਨ ਧਨ ਸੌਂਪਣਾ ਹੈ ਤਨ ਦੁਆਰਾ ਜਪਣਾ ਹੈ ਮਨ ਦੀ ਇਕਾਗਰਤਾ ਬਣਾਉਣੀ ਆ ਤੇ ਸਵਾਸਾਂ ਦਾ ਧਨ ਜਮਾ ਹੋਈ ਜਾਣਾ ਹੁਣ ਅਖਰਾਂ ਦਾ ਨਾਮ ਜਿਹੜਾ ਹੈ ਇਹ ਹਰੀ ਵੀ ਜਪ ਸਕਦੇ ਆ ਪਰ ਕਿਉਂਕਿ ਆਪਣਾ ਸਵਾਸ ਦੋ ਭਾਗਾਂ ਦੇ ਵਿੱਚ ਚੱਲਦਾ ਇੱਕ ਸਵਾਸ ਅੰਦਰ ਜਾਂਦਾ ਇੱਕ ਬਾਹਰ ਆਉਂਦਾ ਇਸ ਕਰਕੇ ਜਿਨ੍ਹਾਂ ਨੇ ਰਾਮ ਜਪਿਆ ਉਹਨਾਂ ਸਿੱਧਾ ਸਵਾਸ ਗਰਾਸ ਨਾਮ ਜਪਣ ਲਈ ਗਿਆ ਸਵਾਸ ਗਰਾਸ ਜਿੰਨਾ ਸਾਸ ਗਰਾਸਨਾ ਵਿਸਰੈ ਹੁਣ ਰਾਮ ਜਪਣ ਦਾ ਤਰੀਕਾ ਤਰੀਕਾ ਕੀ ਹੈ ਰਾਮ 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 ਇਸ ਤਰ੍ਹਾਂ ਜਾਪ ਹੋਇਆ ਅੱਲਾ ਦਾ ਜਾਪ ਕਿਵੇਂ ਹੋਊਗਾ ਅੱਲਾ ਹੋ ਅੱਲਾ ਹੋ ਅੱਲਾ ਹੋ ਸਵਾਸ ਗਰਾਸਨਾ ਗੁਰਮੰਤਰ ਦਾ ਜਾਪ ਕੇ ਵਾਹਿਗੁਰੂ ਦਾ ਕਿਵੇਂ ਹੋਊਗਾ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਇਹ ਕਿਉਂ ਹੋ ਰਿਹਾ ਵੀ ਸਾਰੇ ਫੁਰਨੇ ਖਤਮ ਹੋਣ ਇੱਕ ਵਾਰੀ RAM ਜਿਹਨੂੰ ਜਪਦੇ ਪਿਆ ਵਾਹਿਗੁਰੂ ਜਿਹਨੂੰ ਜਦੋਂ ਉਹਨੂੰ ਵੇਖ ਤਾਂ ਲਈਏ ਕਿ ਕੱਲਾ ਜਪਣਾ ਹੀ ਉਹਨੂੰ ਸਾਰੀ ਉਮਰ ਜਪੀ ਜਾਓ ਦਰਸ਼ਨ ਤਾਂ ਕੀਤੇ ਨਹੀਂ ਇਕਣਾ ਦਰਸ਼ਨ ਕੀ ਪ੍ਰਤੀਤਨਾ ਆਈ ਆ ਤੇ ਕਲਪਨਾ ਵਿੱਚ ਵੀ ਜਪਦੇ ਹੀ ਤੇ ਫਿਰ ਵੀ ਆਨੰਦ ਨਹੀਂ ਆਉਂਦਾ ਵੀ ਜਿਹਨੂੰ ਜਪਿਆ ਕਦੇ ਦੇਖਿਆ ਤਾਂ ਹੈ ਨਹੀਂ ਫਿਰ ਆਨੰਦ ਕਾਦਾ ਆਇਆ ਕਲਪਨਾ ਵਿੱਚ ਨਹੀਂ ਮਹਾਰਾਜ ਕਹਿੰਦੇ ਜੇ ਜਪਦੇ ਪਏ ਹੋ ਨਾਲ ਨਾਲ ਦਰਸ਼ਨ ਕਰੀ ਜਾਓ ਤੇ ਜਦੋਂ ਦਰਸ਼ਨ ਹੋ ਗਿਆ ਤੇ ਉਹਨਾਂ ਦੇ ਦਰਸ਼ਨ ਤਾਂ ਐਨੇ ਵੱਡੇ ਆ ਦਸੇ ਦਸ਼ਾਵਾਂ ਵਿੱਚ ਦੇਖ ਲਓ 90 ਡਿਗਰੀ ਤੋਂ 180 180 ਤੋਂ 360 ਡਿਗਰੀ ਜਿੱਧਰ ਦੇਖੋਗੇ ਉਹੀ ਦਿਖਣਗੇ ਰਮੇ ਹੋਏ ਨੇ ਉਹ ਤੇ ਫਿਰ ਜਿਹੜੇ ਗੁਰਮਖ ਪ੍ਰਤੱਖ ਦਰਸ਼ਨ ਕਰਦੇ ਆ ਤਰੀਕਾ ਉਹਨਾਂ ਨੂੰ ਪਤਾ ਲੱਗ ਗਿਆ ਜਿਵੇਂ ਰਾਤ ਆਪਾਂ ਵਿਚਾਰ ਕੀਤੀ ਸੀ ਵੀ ਬੈਲੈਂਸ ਅਨਬੈਲੈਂਸ ਹੋ ਗਿਆ ਆਪਾਉਣ ਦਾ ਵੀ ਅਨਬੈਲੈਂਸ ਆ ਫੁਰਨਿਆਂ ਦਾ ਵੀ ਅਨਬੈਲੈਂਸ ਆ ਇਹ ਸਿਮਰਨ ਤਾਂ ਹੀ ਕਰਾਇਆ ਜਾਂਦਾ ਵੀ ਸਭ ਤੋਂ ਪਹਿਲਾਂ ਸਿਮਨ ਕਰਕੇ ਆਪ ਦੇ ਮਨ ਨੂੰ ਸਹਜ ਵਿੱਚ ਲਿਆਓ ਫੁਰਨਿਆਂ ਵਿਚਾਰਾਂ ਤੋਂ ਰਹਿਤ ਕਰ ਲੋ ਬੈਲੈਂਸ ਕਰੋ ਤੇ ਫਿਰ ਜਦੋਂ ਦਰਸ਼ਨ ਹੁੰਦੇ ਆ ਤੇ ਸਾਰੇ ਪਾਸੇ ਰਮੀ ਹੋਈ ਜੋਤ ਆਉ ਕਿਵੇਂ ਦੀ ਆ ਸੋ ਤੁਮ ਹੀ ਮੈਂ ਵਸੈ ਨਿਰੰਤਰ ਨਾਨਕ ਦਰਪਣ ਨਿਆਈ ਜਿਵੇਂ ਦਰਪਣ ਹੁੰਦਾ ਦਰਪਣ ਹੁੰਦਾ ਸ਼ੀਸ਼ਾ ਸ਼ੀਸ਼ੇ ਵਰਗਾ ਤਾਂ ਹੀ ਤਾਂ ਕਹਤਾ ਨਾ ਵੀ ਸ਼ੀਸ਼ੇ ਦਾ ਕੋਈ ਰੰਗ ਨਹੀਂ ਹੁੰਦਾ ਚੱਕਰ ਚਹਿਨ ਅਰ ਵਰਣ ਜਾਤ ਅਰ ਪਾਤ ਨਹੰਜੇ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕੇ ਨਾ ਕੋਈ ਰੂਪ ਹੈ ਨਾ ਰੇਖ ਹੈ ਨਾ ਰੰਗ ਹੈ ਨਾ ਚੱਕਰ ਹੈ ਚੱਕਰ ਭਾਵ ਕੁੰਡਲੀ ਚੱਕਰ ਹੁੰਦੇ ਨਾ 6 ਘੱਟ ਚੱਕਰ ਨੇ ਮਾਰੇ ਨੇ ਕਿਤੇ ਇਹ ਨਹੀਂ ਕਿਹਾ ਵੀ ਕਿਤੇ ਚੱਕਰ 'ਚ ਧਿਆਨ ਲਾ ਲੋ ਚਿੰਨ ਨੇ ਵਰਣ ਜਾਤ ਇਹ ਜਾਂ ਕੁਝ ਵੀ ਨਹੀਂ ਹੈ ਪਰਮੇਸ਼ਰ ਚੱਕਰ ਚਿੰਨ ਵਰਣ ਜਾਤ ਅਰ ਪਾਤ ਨਹਨ ਜੇ ਉਹਦਾ ਕੁਝ ਨਹੀਂ ਹੈ ਇਸ ਤਰ੍ਹਾਂ ਦਾ ਤੁਸੀਂ ਇਹਦੀ ਆਰਾਮ ਨਾਲ ਵਿਚਾਰ ਕਰੋ ਨਾ ਵੀ ਚੱਕਰ ਕੀ ਹੈ ਤੇ ਫਿਰ ਚਿੰਨ ਕੀ ਹੁੰਦਾ ਹੈ ਵਰਣ ਕੀ ਹੁੰਦਾ ਵੀ ਉਹ ਬ੍ਰਾਹਮਣ ਹੈ ਸ਼ੂਦਰ ਹੈ ਵੈਸ ਹੈ ਤੇ ਜਾਤ ਕੀ ਹੁੰਦੀ ਹੈ ਵੀ ਮਾਨਸ ਹੈ ਇਸਤਰੀ ਹੈ ਬੱਚਾ ਹੈ ਨਾ ਰੂਪ ਰੂਪ ਕਹੇ ਜਾ ਉਹਦਾ ਇਸ ਤਰ੍ਹਾਂ ਦਾ ਰੂਪ ਨਹੀਂ ਹੈ ਰੂਪ ਰੰਗ ਰੰਗ ਵੀ ਕਈ ਕਹਿੰਦੇ ਸਾਨੂੰ ਲਾਲ ਰੰਗ ਚ ਦਿਖਦਾ ਹੈ ਹਰੇ ਚ ਦਿਖਦਾ ਹੈ ਮਾਰੇ ਕਹਿੰਦੇ ਰੰਗ ਹੈ ਨਹੀਂ ਉਹਦਾ ਕੋਈ ਵੀ ਰੰਗਾਂ ਚ ਉਹ ਰਮਿਆ ਹੋਇਆ ਆਪ ਦਾ ਉਹਦਾ ਕੋਈ ਰੰਗ ਨਹੀਂ ਰੂਪ ਰੰਗ ਅਰ ਰੇਖ ਭੇਖ ਪਤਲਾ ਹੈ ਮੋਟਾ ਹੈ ਲੰਮਾ ਹੈ ਕਹੇ ਜੇ ਰੱਬ ਰੂਪ ਰੰਗ ਅਰ ਰੇਖ ਭੇਖ ਕਉ ਕਹਿ ਨਾ ਸਕਤ ਕਹੇ ਫਿਰ ਅੱਗੇ ਕੀ ਦੱਸਿਆ ਕਿਵੇਂ ਦਾ ਅਚਲ ਮੂਰਤ ਅਨਪਾਉ ਪ੍ਰਕਾਸ਼ ਅਮਤੋਜ ਕਹਿਜੈ ਅਚਲ ਮੂਰਤ ਹੈ ਭਾਵ ਉਹ ਚਲਾਏ ਮਾਨ ਨਹੀਂ ਹੈ ਮਤਲਬ ਇਹ ਨਹੀਂ ਵੀ ਤੁਰਦਾ ਫਿਰਦਾ ਹੈ ਜਿਵੇਂ ਕਈ ਕਹਿੰਦੇ ਨਾ ਵੀ ਐ ਜੋਤਾਈ ਜੋਤ ਉੱਪਰ ਨੂੰ ਚੜ ਗਈ ਜੋਤ نیچے ਨੂੰ ਆ ਗਈ ਉਹ ਅਚਲ ਮੂਰਤ ਹੈ ਇੱਕ ਹੁੰਦਾ ਆਪਾਂ ਆਮ ਤੌਰ ਤੇ ਜਿੰਨਾਂ ਦਾ ਸਬੰਧ ਹੁੰਦਾ ਹੈ ਜੇ ਤੁਸੀਂ ਕੋਰਟ ਕਚਹਿਰੀ ਦੇ ਕਾਗਜ਼ ਤਿਆਰ ਕਰਾਉਂਦੇ ਹੋ ਉਹਦੇ ਵਿੱਚ ਲਿਖਿਆ ਹੁੰਦਾ ਚੱਲ ਅਤੇ ਅਚਲ ਸੰਪਤੀ ਚੱਲ ਹੁੰਦੀ ਜਿੰਨੂੰ ਚੱਕ ਲਿਆ ਜਾ ਸਕਦਾ ਅਚਲ ਸੰਪਤੀ ਹੁੰਦੀ ਹੈ ਵੀ ਜਿਵੇਂ ਜ਼ਮੀਨ ਆ ਜ਼ਮੀਨ ਨੂੰ ਚੱਕ ਕੇ ਤਾਂ ਨਹੀਂ ਜਾ ਸਕਦਾ ਕੋਈ ਇਸ ਤਰ੍ਹਾਂ ਉਹ ਅਚਲ ਮੂਰਤ ਹੈ ਉਹ ਜਿੱਥੇ ਹੈ ਉੱਥੇ ਹੀ ਹੈ ਉਹਨੂੰ ਨਾ ਅਜੇ ਤੱਕ ਕੋ ਹਿਲਾ ਸਕਿਆ ਐਂ ਖੜਾ ਹੈ ਤੇ ਕਿੱਥੇ ਖੜਾ ਕਹਿੰਦੇ ਸਾਰੇ ਪਾਸੇ ਆਮਿਤੋਜ ਕਹਿਜੈ ਅਮਤੋਜ ਦਾ ਮਤਲਬ ਕੀ ਹੁੰਦਾ ਹੈ ਜਿਹੜਾ ਘਟ ਘਟ ਦੇ ਵਿੱਚ ਰਮਿਆ ਹੋਇਆ ਬਸ ਇਹੇ ਆ ਉਹ ਹੁਣ ਭਲੇਖੇ ਨਿਕਲ ਗਏ ਨਾ ਜਿਹੜਾ ਕਹਿੰਦਾ ਵੀ ਚਿੱਟੇ ਰੰਗ ਚ ਵਿਖਦਾ ਹੈ ਜੀ ਲਾਲ ਚ ਵਿਖਦਾ ਇੱਕ ਜੋਤ ਇੱਥੋਂ ਆਉਂਦੀ ਹੈ ਐਂ ਨੂੰ ਚੱਲ ਜਾਂਦੀ ਹੈ ਐਂ ਵੜ ਜਾਂਦੀ ਹੈ ਉਹ ਸਭ ਪਰਮ ਸੁਖਮਾਇਆ ਅਚਲ ਮੂਰਤ ਅਨਭਉ ਪ੍ਰਕਾਸ਼ ਅਮਤੋਜ ਕਹਿਜੈ ਠਿਰ ਹੈ ਹਾਜ਼ਰਾ ਹਜੂਰ ਹੈ ਜਾਹਰਾ ਜੂ ਹੈ ਭਾਵ ਜੇਕਰ ਤੁਸੀਂ ਇਸ ਤਰ੍ਹਾਂ ਧੌਣ ਕਰਕੇ ਬੈਠੇ ਹੋ ਮਾਲਕ ਦੇ ਦਰਸ਼ਨ ਕਰਨੇ ਨੇ ਤੁਹਾਨੂੰ ਐ ਕਰਨ ਦੀ ਲੋੜ ਨਹੀਂ ਉੱਥੇ ਹੀ ਹੈ ਜੇ ਤੁਸੀਂ ਐ ਬਿਠੇ ਇੱਥੇ ਕਰ ਲਓ ਐ ਬਿਠੇ ਇੱਥੇ ਕਰ ਲਓ ਇੱਥੇ ਬਿਠੇ ਇੱਥੇ ਕਰ ਲਓ ਤੁਹਾਡੀ ਜਦੋਂ ਨਿਗਾਹ ਬਣ ਗਈ ਦਿਵ ਦ੍ਰਿਸ਼ਟ ਬਣ ਗਈ ਹੁਣ ਜੇ ਉਹ ਇੱਕ ਜਗ੍ਹਾ ਤੇ ਨਾ ਹੋਵੇ ਕਾਲ ਉੱਥੋਂ ਫੜ ਲੇਗਾ ਇਸ ਕਰਕੇ ਭਗਤ ਜਿੱਥੇ ਵੀ ਨੇ ਜਿੱਥੇ ਵੀ ਬੈਠੇ ਚਾਹ ਰਾਤ ਨੂੰ ਤੁਸੀਂ ਨੀਂਦ ਦੇ ਦੇ ਸਰੀਰ ਛੱਡ ਕੇ ਗਏ ਹੋਏ ਹੋ ਕਿਤੇ ਵੀ ਹੋ ਤੁਸੀਂ ਧਰਤੀ ਤੇ ਹੋ ਤਵਲ ਚੋ ਆਕਾਸ਼ ਵਿੱਚੋ ਖੰਡਾਂ ਵਿੱਚੋ ਬਰਮੰਡਾ ਉੱਥੇ ਮੌਜੂਦ ਹੈ ਸਰੀਰ ਚ ਆ ਕੇ ਗੁਰਮੰਤਰ ਕਰਨ ਦੀ ਲੋੜ ਨਹੀਂ ਜਦੋਂ ਪਛਾਣ ਹੋ ਗਈ ਰਾਤ ਨੂੰ ਸੁਖਮ ਰੂਪ ਦੇ ਵਿੱਚ ਵੀ ਜੇ ਕਿਤੇ ਜਮਾ ਨੇ ਫੜ ਲਿਆ ਕਿਸੇ ਸੁਖਮ ਨੇ ਫੜ ਲਿਆ ਉੱਥੇ ਉੱਥੇ ਵੀ ਥੋੜਾ ਜਿਹਾ ਇੱਕ ਵਾਰੀ ਸੁਖਮ ਚ ਵੀ ਕਹਦੇ ਹੋਗੇ ਨਾ ਪਹਿਲਾਂ ਕਹਿਣ ਦੀ ਵੀ ਲੋੜ ਨਹੀਂ ਜਿਨ੍ਹਾਂ ਦੀ ਤਾਂ ਦ੍ਰਿਸ਼ਟੀ ਵਾਹਿਗੁਰੂ ਉੱਥੇ ਹੀ ਪ੍ਰਗਟ ਹੋ ਜਾਏਗਾ ਹੋਰ ਦੁਬਾਰਾ ਇੱਥੇ ਆ ਕੇ ਪਹਿਲਾਂ ਕੇਸੀ ਇਸ਼ਨਾਨ ਕਰੀਏ ਫਿਰ ਉੱਥੇ ਧਈਏ ਇੰਨੇ ਨੂੰ ਜਾਮ ਪੜ ਕੇ ਪਰਾਂ ਲੈ ਜਾਣਾ ਤੇਰੀ ਕਰਾਉਣਿਆ ਇਸ਼ਨਾਨ ਕੇ ਸੀ ਤੇ ਰੱਬ ਤਾਂ ਇਹੋ ਜਿਹਾ ਹੋਵੇ ਨਾ ਵੀ ਜਿਹੜਾ ਜਿੱਥੇ ਫਸ ਕੇ ਉੱਥੇ ਹੀ ਹੋਵੇ ਹਾਂਜੀ ਤੇ ਕੀ ਕਹਿੰਦੇ ਨੇ ਜਹੇ ਮਾਤ ਪਿਤਾ ਸੁੱਤ ਮੀਤ ਨਾ ਭਾਈ ਮਾਣੂਹਾ ਨਾਮ ਤੇਰੇ ਜਿੱਥੇ ਮਾਂ ਬਾਪ ਭੈਣ ਭਰਾ ਨਹੀਂ ਨ ਪਹੁੰਚ ਸਕਦੇ ਉੱਥੇ ਵੀ ਮੈਂ ਹੈਗਾ ਜੈ ਮਹਾ ਭਿਆਨ ਦੂਤ ਜਮ ਦਲੈ ਤਹ ਕੇਵਲ ਨਾਮ ਤੇਰੇ ਹੁਣ ਕਦੇ ਇੱਥੇ ਮਾਪਿਆਂ ਨੇ ਤਾਂ ਕਦੇ ਜੂ ਦੂਤ ਦੇਖਿਆ ਹੀ ਨਹੀਂ ਤੇ ਮਾਪਿਆਂ ਦੂਤਾਂ ਤੋਂ ਕਿਵੇਂ ਬਚਾਉਣਗੇ ਤੇ ਮਹਾਰਾਜ ਕਹਿੰਦੇ ਜਿੱਥੇ ਮਹਾ ਭਿਆਨ ਹੈ ਬਹੁਤ ਅੱਗ ਵਰਦੀ ਪਈ ਹੈ ਦੂਤ ਹਾਹਾਕਾਰ ਕਰਾਰੇ ਆ ਜੀਵਾਂ ਨੂੰ ਘੁੱਟ ਰਹੇ ਆ ਕਹਿੰਦੇ ਉਸ ਰਸਤੇ ਤੋਂ ਵੀ ਤੈਨੂੰ ਉਥੇ ਨਾਮ ਦਾ ਪ੍ਰਕਾਸ਼ ਦੇ ਕੇ ਉਹ ਆਪ ਬਚਾ ਲੇਗਾ ਠੀਕ ਹੈ ਕਿ ਨਹੀਂ ਹੁਣ ਕਿਸੇ ਨੂੰ ਇੰਨਾ ਵੱਡਾ ਰੂਪ ਪਤਾ ਹੀ ਨਹੀਂ ਸੀ ਆਪਾਂ ਰੱਬ ਨੂੰ ਛੋਟਾ ਜਿਹਾ ਮੰਨਿਆ ਹੋਇਆ ਆਪਦੀ ਸੁਰਤੀ ਦੇ ਮੁਤਾਬਕ ਤਾਂ ਉਹਨਾਂ ਨੇ ਕੀ ਕਹਿ ਦਿੱਤਾ ਤੂੰ ਬੇਅੰਤ ਕੋ ਵਿਰਲਾ ਜਾਣੇ ਤੂੰ ਤਾਂ ਬੇਅੰਤ ਹੈ ਮਨ ਲਓ ਮੈਂ ਇੱਥੇ ਸੋਚ ਵਿੱਚ ਬੈਠਾ ਅੱਖਾਂ ਬੰਦ ਨੇ ਤਾਂ ਮੈਂ ਮੇਰੀ ਸੋਚ ਦੇ ਵਿੱਚ ਵੀ ਉਹ ਮੇਰੇ ਨਾਲ ਆ ਮੈਂ ਉਸੇ ਸੋਚ ਵਿੱਚ ਵੀ ਦਰਸ਼ਨ ਕਰ ਸਕਦਾ ਉਹਦੇ ਕਿਉਂਕਿ ਅਗਲਾ ਸਾਹ ਆਵੇ ਨਾ ਮੈਂ ਸੋਚ ਵਿੱਚ ਹੋਵਾਂ ਜੰਮ ਫੜ ਸਕਦੇ ਆ ਇਸ ਕਰਕੇ ਗੁਰਮਖ ਘਰ ਟਾਈਮ ਉਹਦੇ ਨਾਲ ਸਮਾਏ ਹੋਇਆ ਉਹ ਗੁਰਮਖਾਂੇ ਸਮਾਇਆ ਗੁਰਮਖ ਉਹਦੇ ਸਮਾਇ ਜਦੋਂ ਫਿਰ ਦਰਸ਼ਨ ਕਰਦੇ ਨੇ ਫਿਰ ਉਹ ਮਹਾਰਾਜ ਕਹਿੰਦੇ ਜੇ ਹੁਣ ਨਾਮ ਵੀ ਜਪਣਾ ਹੈ ਨਾ ਜਿਹੜੀ ਸੱਚ ਤੇ ਜੋਤ ਦੀ ਤੁਹਾਨੂੰ ਪਛਾਣ ਹੋਈ ਇਹਦੇ ਉੱਪਰ ਧਿਆਨ ਤਰ ਕੇ ਜਪੋ ਗੁਰ ਕੀ ਮੂਰਤ ਮਨ ਮੈਂ ਧਿਆਨ ਹੁਣ ਫਿਰ ਗੁਰਮਖ ਜਦੋਂ ਅਭਿਆਸ ਕਰਦੇ ਆ ਨਾ ਜਿਨ੍ਹਾਂ ਨੇ ਪ੍ਰੈਕਟੀਕਲ ਕਰ ਲਿਆ ਉਹ ਸਾਹਮਣੇ ਚਾਹੇ ਅੱਖਾਂ ਖੋਲ੍ਹਦੇ ਹੋਣ ਚਾਹੇ ਬੰਦ ਹੋਣ ਜਿਹੜੀ ਆ ਜੋਤ ਦੀ ਪਹਿਚਾਣ ਗੁਰਮਖਾਂ ਨੂੰ ਹੋ ਗਈ ਹੈ ਇੱਥੇ ਰਮਿਆ ਹੋਇਆ ਖਾਲੀ ਗਲਾਜ ਉਹਦੇ ਉੱਤੇ ਗੁਰਮਖ ਧਿਆਨ ਧਰ ਕੇ ਫਿਰ ਕਰਦੇ ਨੇ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਦੂਰ ਵੀ ਹੈ ਨੇੜੇ ਵੀ ਹੈ ਸਾਰੀ ਜਗ੍ਹਾ ਹੀ ਅੱਖਾਂ ਬੰਦ ਕਰ ਲਓ ਪਲਕਾਂ ਦੇ ਵਿੱਚ ਹੈ ਮਸਤਕ ਵਾਲੇ ਪਾਸੇ ਜਿੱਥੇ ਮਰਜ਼ੀ ਦੇਖ ਲਓ ਫਿਰ ਜਦੋਂ ਗੁਰਮਖ ਉਹਨਾਂ ਦੇ ਧਿਆਨ ਧਰ ਕੇ ਸਿਮਰਨ ਕਰਦੇ ਨੇ ਉਹ ਖੁਸ਼ ਹੁੰਦੇ ਨੇ ਉਹਨਾਂ ਨੂੰ ਅੰਮ੍ਰਿਤ ਰਸ ਦੇਈ ਜਾਂਦੇ ਨੇ ਗੁਰਮਖਾਂ ਨੂੰ ਮਾਨਚ ਅੰਮ੍ਰਿਤ ਆਈ ਜਾਂਦਾ ਠੀਕ ਹੈ ਨਾ ਜੀ ਉਹ ਸੇਵਾ ਪੂਰੀ ਹੋਈ ਜਾਂਦੀ ਹੈ ਨਾਲੋਂ ਨਾਲ ਗੁਰਦੁਆਰੇ ਗਏ ਗੁਰਦੁਆਰੇ ਵਿੱਚ ਜਿਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਜੀ ਪ੍ਰਕਾਸ਼ ਨੇ ਨਾ ਇਸ ਤਰ੍ਹਾਂ ਆਪਣਾ ਧਿਆਨ ਜਦੋਂ ਇੱਥੇ ਆਇਆ ਇੱਥੇ ਗੁਰਦੁਆਰਾ ਹੈ ਗੁਰਦੁਆਰੇ ਵਿੱਚ ਸਾਹਮਣੇ ਸੱਚ ਦੀ ਜੋਤ ਦਾ ਪ੍ਰਕਾਸ਼ ਹੈ ਉੱਥੇ ਬੈਠੋ ਅਨਹਦ ਬਾਣੀ ਦਾ ਕੀਰਤਨ ਚੱਲਦਾ ਹੈ ਤੁਸੀਂ ਆਪ ਬੈਠ ਕੇ ਉੱਥੇ ਪਾਠ ਕਰਨਾ ਹੈ ਤਦ ਉਸੀ ਸੱਚ ਦੀ ਜੋਤ ਵਿੱਚ ਧਿਆਨ ਤਰਕੇ ਤੇ ਕਰੋ ਵਾਹ ਗਰੂ ਵਾਹ ਜਿੰਨਾ ਕਰ ਲਿਆ ਮੁੜ ਕੇ ਉੱਥੋਂ ਮੰਨਨੇ ਉੱਠਣਾ ਹੈ ਸਰੀਰ 'ਚ ਵਾਪਸ ਆਉਣਾ ਹੈ ਫਿਰ ਦੇਖ ਜਿਵੇਂ ਆਪਾਂ ਇੱਥੇ ਲੈਨੇ ਆ ਉੱਥੋਂ ਨਾਲੋ ਨਾਲ ਅੰਮ੍ਰਿਤ ਦਾ ਪ੍ਰਕਾਸ਼ ਪ੍ਰਸ਼ਾਦ ਦਿੰਦੇ ਨੇ ਲਓ ਜੀ ਅੰਮ੍ਰਿਤ ਆਇਆ ਵਾਪਸ ਆਇਆ ਫਿਰ ਸੰਸਾਰ ਵਿੱਚ ਆ ਗਿਆ ਹੁਣ ਕਰਮ ਕਰਨਾ ਹੈ ਤੇ ਕਰਮ ਦੇ ਵਿੱਚ ਵੀ ਜਿੱਥੇ ਜਾਏਗਾ ਦਸੇ ਦਸ਼ਾਵਾਂ ਵਿੱਚ ਜਹ ਜਹ ਦੇਖੂੰ ਤੈ ਹਜੂਰ ਦੂਰ ਕਤੋਂ ਨਾ ਜਾਈ ਰਵ ਰਿਹਾ ਸਰਬੱਤਰ ਮੈਂ ਮਨ ਸਦਾ ਧਿਆਈ ਉਹ ਫਿਰ ਜ ਨਾਲ ਨਾਲ ਕਰਮ ਕਰੀ ਜਾਂਦੇ ਨਾਲ ਨਾਲ ਸਿਮਨ ਕਰੀ ਜਾਂਦੇ ਨਾਲ ਦੂਜਿਆਂ ਨੂੰ ਭੇਤ ਦਿੰਦੇ ਤੁਸੀਂ ਕਿੱਥੇ ਟੱਕਰਾ ਮਾਰਦੇ ਹੋ ਅੰਦਰ ਹੀ ਇਹ ਸਾਰਾ ਅੰਦਰੋਂ ਕਨੈਕਸ਼ਨ ਕਰ ਲੋ ਸਾਰੇ ਪਾਸੇ ਦਿਖੇਗਾ ਇਸ ਕਰਕੇ ਜਿਹੜਾ ਨਾਮ ਅੱਖਰਾਂ ਦਾ ਹੈ ਗੁਰਮੰਤਰ ਵਾਹਿਗੁਰੂ ਇਹ ਇਧਰ ਦੀ ਭਾਸ਼ਾ ਦਾ ਹੈ ਜੋ ਅਸਲ ਨਾਮ ਹੈ ਜਿਸ ਦੀ ਆਪਾਂ ਪ੍ਰਾਪਤੀ ਕਰਨੀ ਹੈ ਉਸ ਬਾਰੇ ਮਹਾਰਾਜ ਕਹਿੰਦੇ ਨੇ ਤਿਸ ਰੂਪ ਨਰੇਖ ਅਨਾਹਦ ਵਜੈ ਸ਼ਬਦ ਨਰੰਜਨ ਕੀਆ ਉਹ ਨਾਮ ਕਿਸੇ ਭਾਸ਼ਾ ਚ ਨਹੀਂ ਆਉਂਦਾ ਅਨਹਦ ਰੂਪ ਦੇ ਵਿੱਚ ਵੱਜਦਾ ਉਸ ਨਾਮ ਦਾ ਵੀ ਕੋਈ ਰੂਪ ਰੇਖ ਨਹੀਂ ਹੈ ਸਿਰਫ ਇੱਕ ਆਵਾਜ਼ ਹੈ ਤੁਸੀਂ ਸੁਣ ਸਕਦੇ ਹੋ ਤੇ ਇਸ ਰੂਪ ਨਾ ਰੇਖ ਅਨਾਹਦ ਵੱਜੈ ਅਨਾਹਦ ਰੂਪ ਵਿੱਚ ਵੱਜ ਰਿਹਾ ਸਬਦ ਨਰੰਜਨ ਕੀਆ ਉਹ ਮਾਲਕ ਨੇ ਆਪ ਬਣਾਇਆ ਨਰੰਜਨ ਦਾ ਮਤਲਬ ਕੀ ਹੈ ਸਾਰਿਆਂ ਦੇ ਅੰਜਣਾ ਦੇ ਵਿੱਚ ਬੈਠਾ ਹੋਇਆ ਨੇਤਰਾਂ ਦੇ ਵਿੱਚ ਬੈਠਾ ਤਾਂ ਉਹਨੂੰ ਨਰੰਜਨ ਕਹਤੈ ਤੇ ਮਹਾਰਾਜ ਕਹਿੰਦੇ ਉਹ ਨਾਮ ਤੁਹਾਡੇ ਅੰਦਰ ਵੀ ਵੱਜਦਾ ਪਿਆ ਤੇ ਇਸ ਕਰਕੇ ਉਸ ਨਾਮ ਤੱਕ ਸਾਨੂੰ ਗੁਰਸਿੱਖ ਸੋਝੀ ਦੇ ਕੇ ਗੁਰਮੁਖ ਪਿਆਰੇ ਸੋਝੀ ਦੇ ਕੇ ਲੈ ਕੇ ਜਾਂਦੇ ਆ ਗੁਰਮੁਖ ਨੇ ਦੇਖਣਾ ਹੈ ਵੀ ਸੰਸਾਰ ਬਿਨ ਨਾਵੇਂ ਜਗ ਕਮਲਾ ਫਿਰੈ ਗੁਰਮੁਖ ਨਦਰਿ ਆਇਆ ਜਿਸ ਗੁਰਮੁਖ ਨੂੰ ਫਿਰ ਨਾਮ ਦੀ ਪ੍ਰਾਪਤੀ ਹੋ ਗਈ ਉਸ ਨੇ ਫਿਰ ਦੂਸਰਿਆਂ ਤੇ ਵੀ ਤਰਸ ਕਰਨਾ ਹੈ ਦੂਸਰੇ ਵੀ ਵੀ ਨਿਕਲ ਜਾਣ ਇਸ ਕਰਕੇ ਉਸ ਗੁਰਮੁਖ ਨੇ ਸਹਾਰਾ ਦੇਣਾ ਜਿਵੇਂ ਹੁਣ ਆਪਾਂ ਤੁਹਾਨੂੰ ਅਮਰੀਕਾ ਦੱਸਦੇ ਪਿਆ ਤੁਹਾਡੇ ਮਨ ਦੀ ਤੁਹਾਨੂੰ ਖੇਡ ਸਿਖਾਉਂ ਦੱਸਦੇ ਪਿਆ ਕਿ ਕਿਵੇਂ ਆਪਾਂ ਨੂੰ ਵੇਖੋ ਪੰਜੇ ਦੂਤ ਆਪਰਾਧ ਵੀ ਵਿਚਾਰ ਕੀਤੀ ਸੀ ਆਪਾਂ ਨੂੰ ਫੁਰਨੇ ਦਿੰਦੇ ਆ ਤੇ ਉਹਨਾਂ ਨੇ ਆਪਾਂ ਨੂੰ ਸ਼ਬਦ ਪਾਸੇ ਨਾਮ ਵਾਲੇ ਪਾਸੇ ਆਉਣ ਨਹੀਂ ਦੇਣਾ ਜੇਕਰ ਭਗਤੀ ਵੀ ਆਪਾਂ ਕਰਨੀ ਚਾਹੁੰਦੇ ਆ ਤੇ ਆਪਾਂ ਨੂੰ ਜਾਣ ਕੇ ਮਾਇਆ ਦੀ ਭਗਤੀ ਕਰਵਾਈ ਜਾਣਗੇ ਕਿਸੇ ਨੂੰ ਨਚਣ ਟੱਪਣ ਤੇ ਲਾ ਦੇਣਗੇ ਕਿਸੇ ਨੂੰ ਰੰਗਾਂ ਦੇ ਪ੍ਰਕਾਸ਼ ਦਾ ਧਿਆਨ ਵਿੱਚ ਲਾ ਦੇਣਗੇ ਕਿਉਂਕਿ ਇਹ ਸਾਰਾ ਮਾਇਆ ਹੈ ਸੂਖਮ ਮਾਇਆ ਵਿੱਚ ਰੰਗ ਆਉਂਦੇ ਆ ਸੂਖਮ ਮਾਇਆ ਵਿੱਚ ਆਕਾਰ ਦਿਖਦੇ ਆ ਸੂਖਮ ਮਾਇਆ ਇਧਰੋਂ ਖਿਹੜਾ ਛੱਡਦੀ ਇਧਰੋਂ ਫੜ ਲੈਂਦੀ ਹੈ ਤਰ੍ਹਾਂ ਤਰ੍ਹਾਂ ਦੇ ਬੰਦਿਆਂ ਨੂੰ ਉਹਨਾਂ ਨੇ ਸਰਦਾਰੀਆਂ ਦੇ ਕੇ ਮੋਰੀ ਬਣਾਇਆ ਹੋਇਆ ਉਹ ਬੰਦੇ ਸਾਰੇ ਮਾਇਆਧਾਰੀ ਨੇ ਤੇ ਆਪਣਾ ਮਨ ਦਾ ਸੁਭਾਅ ਹੁੰਦਾ ਹੈ ਵਰਾਗੀ ਸ਼ਰੀਫ ਹੁੰਦਾ ਮਨ ਸੰਸਾਰੀ ਤੌਰ ਤੇ ਇਹ ਛੇਤੀ ਨਾਲ ਹਰ ਕਿਸੇ ਤੇ ਇਹ ਇੱਕ ਦੂਸਰਾ ਇਹਦੇ ਚ ਇਹ ਔਗਣਾ ਇਹ ਆਲਸੀ ਬਹੁਤ ਆ ਮਨ ਕੋਈ ਵੀ ਕੰਮ ਸ਼ੁਰੂ ਕਰਨਾ ਚਾਹੁੰਦਾ ਹੈ ਇਹ ਇਹੀ ਚਾਹੁੰਦਾ ਵੀ ਮੈਂ ਇਹਦੇ ਤੇ ਬਸ ਸਮਰਪਣ ਕਰਦਾ ਬਸ ਹੁਣ ਤੂੰ ਕਰੀ ਚੱਲ ਮੈਂ ਤਾਂ ਤੇਰੇ ਪਿੱਛੇ ਆਂ ਐਸੇ ਆਲਸ ਦੇ ਸਮਰਪਣ ਦੇ ਵਿੱਚ ਮਨ ਜੂਨਾ ਭੋਗਦਾ ਕਿਉਂਕਿ ਇਹ 나ੜੀ ਇਹ ਸੰਤ ਦੀ ਪਹਿਚਾਨ ਨਹੀਂ ਕਰਦਾ ਉਹਦੀ ਸ਼ੋਭਾ ਦੇਖ ਕੇ ਬਾਜੀ ਜਿਵੇਂ ਸੰਤ ਜੀ ਤੁਸੀਂ ਕਹੋਗੇ ਆਪਾਂ ਤੁਹਾਡੇ ਪਿੱਛੇ ਆ ਸੰਤ ਨੂੰ ਪਤਾ ਵੀ ਇਹ 나ੜੀ ਉਹ ਆਂਦਾ ਬਸ ਕੋਈ ਨਾਮ ਜਪਣ ਦੀ ਲੋੜ ਨਹੀਂ ਕੁਛ ਨਹੀਂ ਜਿੰਨਾ ਕੋ ਹੁੰਦਾ ਜਪ ਲਿਆ ਕਰੋ ਇੱਥੇ ਆਇਆ ਕਰੋ ਸੇਵਾ ਕਰਿਆ ਕਰੋ ਉਹਨਾਂ ਨੇ ਸਾਡੇ ਆਪਦੇ ਨਾਲ ਜੋੜ ਲਿਆ ਆ ਦੇ ਕੀ ਆ ਦੇ ਵੀ ਸੰਤ ਜੀ ਤੋਂ ਨਾਮ ਲਿਆ ਹੋਇਆ ਆਪਾਂ ਤੇ ਨਾਮ ਲਿਆ ਤੇ ਫਿਰ ਅਗਲਾ ਨਾਮ ਹੋ ਵੀ ਠੀਕ ਹੈ ਜਿਹੜਾ ਨਾਮ ਹੈ ਉਹ ਤਾਂ ਤਾਂ ਜਪਉਣਾ ਹੈ ਆਪਾਂ ਕਿ ਜਿਹੜਾ ਅੰਦਰ ਸਤਗੁਰੂ ਬੈਠੇ ਹੈ ਸਤਗੁਰ ਸਿੱਖੋ ਨਾਮ ਧਨ ਦੇ ਉਹਨਾਂ ਨੇ ਆਪਾਂ ਨੂੰ ਖੁਸ਼ ਹੋ ਕੇ ਅਨਹਦ ਬਾਣੀ ਦਾ ਨਾਮ ਦੇਣਾ ਆਪਣੀ ਦੇਹੀ ਵਿੱਚ ਹੀ ਸਤਗੁਰ ਬੈਠਾ ਹੈ ਤੇ ਬਾਹਰੋਂ ਆਪਾਂ ਨਾਮ ਗੁਰਮਖੰਧ ਦੇ ਨਾਲ ਜਪਦੇ ਆਂ ਤਾਂ ਜਪਦੇ ਆਂ ਵੀ ਗੁਰਮਖੰਧ ਨੇ ਸਾਨੂੰ ਸੋਝੀ ਦੇਣੀ ਹੈ ਹੁਣ ਮੈਂ ਤਰੀਕਾ ਬਾਕੀ ਸਭ ਠੀਕ ਹੈ ਫਿਰ ਇੱਥੇ ਦਿੱਕਤ ਆ ਜਾਂਦੀ ਹੈ ਨਾ ਹੁਣ ਮੰਨ ਲਓ ਮੈਂ ਸਿਮਰਨ ਤੁਹਾਨੂੰ ਜਪਾ ਰਿਹਾ ਆਂ ਤੇ ਫਿਰ ਉਸ ਤੋਂ ਬਾਅਦ ਮੈਂ ਕਹਾਂਗਾ ਜੀ ਵੇਖੋ ਮੈਂ ਤੁਹਾਨੂੰ ਜਪਾਇਆ ਤੇ ਤੁਹਾਡੇ ਤੇ ਕਿਰਪਾ ਹੋ ਗਈ ਨਾ ਮੈਂ ਕਿਰਪਾ ਤੁਹਾਡੇ ਤੇ ਕੀਤੀ ਆ ਆ ਦੇਖੋ ਮੇਰੇ ਕਰਕੇ ਤੁਹਾਨੂੰ ਅਨਹਸ ਉਹਦੇ ਹੁਣ ਜਿਹੜਾ ਨਾਮ ਤੇ ਉਹਦੇ ਵਿੱਚ ਮੈਂ ਖਲੋ ਗਿਆ ਤੇ ਮੈਂ ਆਪਦੀ ਪੂਜਾ ਦੇ ਨਾਲ ਵੀ ਤੁਹਾਨੂੰ ਜੋੜ ਲਿਆ ਸੋਝੀ ਦੇ ਰਿਆਂ ਪਰ ਆਪ ਦੇ ਆਪ ਨੂੰ ਵਿੱਚ ਪਾ ਰਿਆਂ ਵੀ ਜੇ ਮੇਰੇ ਤੋਂ ਟੁੱਟ ਗਿਆ ਨਾ ਤੁਹਾਡੀ ਸਾਰੀ ਅਵਸਥਾ ਖਤਮ ਹੋ ਜਾਣੀ ਆ ਇਹ ਹੁੰਦਾ ਦੇਵਤਾਰੀ ਇੱਕ ਗੁਰਮਖ ਦੀ ਇਹ ਡਿਊਟੀ ਆ ਵੀ ਉਹਨੇ ਨਾਮ ਦੀ ਸੋਝੀ ਦੇਣੀ ਆ ਜਾਪ ਵੀ ਜਪਉਣਾ ਅਨਹਦ ਬਾਣੀ ਦਾ ਭੇਤ ਵੀ ਦੇਣਾ ਪਰ ਆਪ ਦੇ ਆਪ ਨੂੰ ਇੱਕ ਇਹੀ ਕਹਿਣਾ ਵੀ ਮੈਂ ਤੁਹਾਡੇ ਵਰਗਾ ਹੀ ਗੁਰਮਖ ਆ ਮੈਂ ਇੱਕ ਟੀਚਰ ਦੇ ਲਾ ਲਓ ਭਾਈ ਲਾ ਲਓ ਗੁਰਮਖ ਲਾ ਲਓ ਗੁਰਸਿੱਖ ਲਾ ਲਓ ਇਸ ਕਰਕੇ ਜਿਹੜਾ ਨਾਮ ਹੈ ਉਹ ਕੋਈ ਬੰਦਾ ਨਹੀਂ ਦੇ ਸਕਦਾ ਉਹ ਸਤਗੁਰ ਦਿੰਦੇ ਨੇ ਅਨਹਦ ਰੂਪ ਵਿੱਚ ਹਰੇਕ ਨੂੰ ਤੇ ਜਿਹੜੇ ਗੁਰਸਿੱਖ ਹੁੰਦੇ ਆ ਉਹ ਨਾਮ ਜਪਾ ਕੇ ਉਸ ਦਰ ਤੱਕ ਉਸ ਸਹਜ ਤੱਕ ਲੈ ਕੇ ਜਾਂਦੇ ਆ ਵੀ ਇੱਥੋਂ ਹੁਣ ਅੱਗੇ ਸਤਿਗੁਰ ਤੁਹਾਨੂੰ ਨਾਮ ਦਊਗਾ ਸਤਿਗੁਰ ਤੁਹਾਨੂੰ ਅੰਦਰ ਉਹ ਦਰਸ਼ਨ ਦੇਣਗੇ ਇਸ ਤਰ੍ਹਾਂ ਦੇ ਦਰਸ਼ਨ ਹੋਣਗੇ ਵੀ ਕੋਈ ਰੰਗ ਨਹੀਂ ਹੋਣਾ ਕੋਈ ਰੂਪ ਨਹੀਂ ਹੋਣਾ ਪ੍ਰਕਾਸ਼ ਤੁਹਾਨੂੰ ਦਰਸ਼ਨ ਦੇਣਗੇ ਤੁਹਾਡੇ ਤੇ ਕਿਰਪਾ ਹੋ ਗਈ ਤੁਹਾਨੂੰ ਇੱਥੋਂ ਅਨਹਦ ਬਾਣੀ ਦਾ ਨਾਮ ਦੇਣਗੇ ਤੇ ਅੰਮ੍ਰਿਤ ਦੇ ਕੇ ਅੰਤਰਗਤ ਤੁਹਾਨੂੰ ਸੂਖਮ ਕਰ ਦੇ ਵਿੱਚ ਲੈ ਜਾਣਗੇ ਇਹ ਸਰੀਰ ਛਡਾ ਦੇਣਗੇ ਸਾਡੀ ਡਿਊਟੀ ਇੱਥੋਂ ਤੱਕ ਹੈ ਤੇ ਜੇ ਆਪਾਂ ਉੱਥੇ ਕਰ ਗਏ ਫਿਰ ਉੱਥੇ ਗੁਰਮਖ ਕਹਿੰਦੇ ਨੇ ਵੀ ਜਿੰਨਾ ਤੋਂ ਅਸੀਂ ਨਾਮ ਲਿਆ ਸਾਨੂੰ ਮੱਥੇ ਤੇ ਆ ਕੇ ਦਰਸ਼ਨ ਦੇਂਦੇ ਨੇ ਉਹ ਹੀ ਫਿਰ ਸਾਨੂੰ ਇੱਥੋਂ ਬਾਹਾਂ ਫੜ ਕੇ ਤੇ ਸਾਨੂੰ ਅੱਗੇ ਲੈ ਕੇ ਜਾਂਦੇ ਨੇ ਉਹ ਭੁੱਲ ਗਏ ਇੱਥੋਂ ਕਈ ਪੁਆਇੰਟ ਨੇ ਨਾ ਵੀ ਜਿਹਦੇ ਤੋਂ ਅਸੀਂ ਨਾਮ ਲਿਆ ਹੈ ਉਹ ਫਿਰ ਜਦੋਂ ਅਸੀਂ ਧਿਆਨ ਧਰਦੇ ਆ ਇੱਥੇ ਮੱਥੇ ਤੇ ਆਉਂਦਾ ਵੀ ਬਾਣੀ ਵਿੱਚ ਵੀ ਲਿਖਿਆ ਜੀ ਸਤਗੁਰ ਬਾਹ ਪਕੜ ਕਾਢੇ ਫਿਰ ਇੱਥੋਂ ਸਾਡੀ ਬਾਹਾਂ ਫੜਦਾ ਤੇ ਇੱਥੋਂ ਸਾਨੂੰ ਲੈ ਜਾਂਦਾ ਤੇ ਮਹਾਰਾਜ ਕਹਿੰਦੇ ਸਤਗੁਰ ਕੌਣ ਆ ਸਤਿਗੁਰੂ ਤਾਂ ਨਿਰਆਕਾਰ ਹੈ ਇੱਥੋਂ ਕਿਵੇਂ ਬਾਹ ਪਕੜ ਕੇ ਕਾਢੇਗਾ ਤਾਨੂੰ ਉਹ ਇੱਥੇ ਭੇਤ ਆ ਗਿਆ ਬਸ ਬਾਕੀ ਠੀਕ ਸੀ ਕੰਮ ਇੱਥੇ ਭੇਤ ਆ ਗਿਆ ਵੀ ਜਿਹੜਾ ਫਿਰ ਇੱਥੋਂ ਕੋਈ ਬਾਹ ਫੜ ਕੇ ਨਹੀਂ ਕੱਢਦਾ ਇੱਥੋਂ ਤਾਂ ਸਿਰਫ ਸੁਰਤ ਤੇ ਸਬਦ ਦੀ ਖੇਡ ਹੈ ਇਹ ਜਿਹੜਾ ਇੱਥੇ ਆਕਾਰ ਲੈ ਜਾਂਦਾ ਉਹ ਫਿਰ ਸੂਖਮ ਆਇਆ ਤੇ ਸੂਖਮ ਕਾਲ ਆ ਗਿਆ ਉੱਥੋਂ ਪਤਾ ਲੱਗਦਾ ਵੀ ਇਹ ਪ੍ਰਚਾਰ ਤਾਂ ਠੀਕ ਹੈ ਪਰ ਇਹ ਸੂਖਮ ਮਾਇਆ ਦੇ ਰਹਿਤ ਚੱਲ ਰਿਹਾ ਕਾਲ ਨੇ ਇੱਥੇ ਆਕਾਰ ਦਿਖਾਉਣਾ ਮਾਇਆ ਨੇ ਇਥੇ ਆਕਾਰ ਲਿਆ ਜਿਵੇਂ ਦੇ ਤੁਸੀਂ ਇੱਥੇ ਆਉਂਦੇ ਹੋਵੇਂ ਦਾ ਆਕਾਰ ਲੈ ਕੇ ਮਾਇਆ ਇੱਥੇ ਖੜੀ ਹੋਵੇਗੀ ਉਹਨੇ ਇਥੋਂ ਮਨ ਨੂੰ ਆਪਦੇ ਨਾਲ ਜੋੜਿਆ ਫੇਰ ਭਵਜਲ ਚਲੇਗੀ ਰਸਤੇ ਵਿੱਚ ਕਿਤੇ ਨਹੀਂ ਜੁੜਨਾ ਇਹ ਜਿੰਨਾ ਆਕਾਰ ਹੈ ਜਿੰਨਾ ਆਪਣਾ ਸਿਸਟਮ ਹੈ ਇਹ ਇਥੋਂ ਤੱਕ ਹੀ ਹੈ ਜਦੋਂ ਆਪਾਂ ਇਥੋਂ ਸਿਮਰਨ ਕੀਤਾ ਬਾਣੀ ਪੜ੍ਹੀ ਗਿਆਨ ਲਿਆ ਧਿਆਨ ਦੇ ਵਿੱਚ ਬੈਠੇ ਉੱਥੇ ਫਿਰ ਅੱਗੇ ਬੰਦਿਆਂ ਦਾ ਕੋਈ ਕੰਮ ਨਹੀਂ ਅੱਗੇ ਸਾਰਾ ਸਤਗੁਰੂ ਦਾ ਕੰਮ ਹੈ ਪ੍ਰਕਾਸ਼ ਰੂਪ ਮਾਲਕ ਦਾ ਕੰਮ ਹੈ ਜਦੋਂ ਆਪਾਂ ਆਪਦਾ ਸਰੀਰ ਹੀ ਛੱਡਤਾ ਦੂਜੇ ਦਾ ਵੀ ਸਰੀਰ ਛੱਡਦਾ ਸ਼ਬਦ ਤੇ ਪ੍ਰਕਾਸ਼ ਤੇ ਸੁਰਤ ਸ਼ਬਦ ਦਾ ਖੇਡ ਰਹਿ ਗਿਆ ਉਹ ਆਪੇ ਖੇਡ ਚੱਲ ਪੈਂਦੀ ਸੋ ਇਸ ਕਰਕੇ ਕਈ ਵਾਰੀ ਗੁਰਮੁਖ ਇਧਰੋਂ ਆਕਾਰਾਂ ਨਾਲੋਂ ਟੁੱਟਦੇ ਆ ਤੇ ਫਿਰ ਸੂਖਮ ਵਿੱਚ ਆਕਾਰ ਨਾਲ ਜਾ ਕੇ ਜੁੜ ਜਾਂਦੇ ਆ ਇਸ ਕਰਕੇ ਸਾਨੂੰ ਗੁਰਬਾਣੀ ਵਿੱਚ ਕਿਸੇ ਵੀ ਦੇਹ ਧਾਰੀ ਨਾਲ ਕਿਸੇ ਵੀ ਰੰਗ ਨਾਲ ਕਿਸੇ ਵੀ ਰੂਪ ਨਾਲ ਕਿਸੇ ਵੀ ਹੋਰ ਇਸ ਤਰ੍ਹਾਂ ਦੀ ਸ਼ਕਤੀ ਦੇ ਨਾਲ ਨਹੀਂ ਜੋੜਿਆ ਉਹਨਾਂ ਨੇ ਸਿਰਫ ਕਿਹਾ ਗੁਰਮੰਤਰ ਦੇ ਅਭਿਆਸ ਗੁਰਮੰਤਰ ਦੀ ਆਵਾਜ਼ ਵਿੱਚ ਧਿਆਨ ਰੱਖੋ ਜਦੋਂ ਤੁਹਾਡੇ ਵਿਚਾਰਾਂ ਤੋਂ ਤੁਸੀਂ ਰਹਿਤ ਹੋ ਗਏ ਵਿਚਾਰਾਤ ਰਹਿਤ ਹੋ ਗਏ ਤੁਸੀਂ ਸਹਿਜ ਸਭਾਏ ਅੰਤਰਗਤ ਦਰ ਤੇ ਬੈਠੋਗੇ ਜਿੱਥੇ ਕੋਈ ਵੀ ਵਿਚਾਰ ਫੁਰਨਾ ਨਹੀਂ ਆਉਂਦਾ ਉਸ ਤੋਂ ਬਾਅਦ ਅੱਗੇ ਆਪੇ ਖੇਡ ਚੱਲਦੀ ਹੈ ਕਿਉਂਕਿ ਜੋ ਘਟ ਘਟ ਵਿੱਚ ਸਮਾਇਆ ਦੇਹੀ ਸਮਾਇਆ ਉਹ ਫਿਰ ਸਾਨੂੰ ਅੱਗੇ ਤੋਰਦਾ ਹੈ ਹੁਣ ਸਾਨੂੰ ਇਸ ਸਹਿਜ ਤੱਕ ਹੀ ਇਹ ਪੰਜੇ ਦੂਤ ਜਾਣ ਨਹੀਂ ਦੇ ਰਹਿ ਅਸੀਂ ਜਦੋਂ ਨਾਮ ਜਪਦੇ ਹਾਂ ਸਾਡੇ ਸਰੀਰ ਤੇ ਭਾਰ ਪਾਉਂਦੇ ਹਾਂ ਅਸੀਂ ਨਾਮ ਜਪਦੇ ਹਾਂ ਸਾਨੂੰ ਨਸ਼ੇ ਵਾਲੇ ਪਾਸੇ ਸਾਡਾ ਧਿਆਨ ਲੈ ਕੇ ਜਾਂਦੇ ਆ ਜੇ ਅਸੀਂ ਜਪ ਵੀ ਲਈਏ ਪੰਜ ਸੱਤ ਦਿਨ ਮਨ ਕਰਦਾ ਜਾ ਕਰਕੇ ਪੰਜਵੇਂ ਸੱਤਵੇਂ ਦਿਨ ਬਾਅਦ ਫਿਰ ਉੱਥੇ ਹੀ ਲੈ ਆਉਂਦੇ ਨੇ ਉੱਥੇ ਹੀ ਬਣ ਜੀਰੋ ਹੋ ਜਾਂਦਾ ਕਦੇ ਸਾਨੂੰ ਮੋਦ ਹੀ ਜੇਬੜੀ ਚ ਪਾ ਲੈਂਦੇ ਆ ਫਿਰ ਸਾਨੂੰ ਸਤੋਗਣ ਅੰਦਰ ਪਾ ਦਿੰਦੇ ਆ ਵੀ ਤੂੰ ਤਾਂ ਨਾਮ ਜਪਣਾ ਤੇਰੇ ਤੇ ਤਾਂ ਕਿਰਪਾ ਨਹੀਂ ਹੁੰਦੀ ਫਲਾਣੇ ਕੋਲ ਚੱਲ ਫਲਾਣੇ ਕੋਲ ਚੱਲ ਉੱਥੇ ਭਾਜੜ ਪਾ ਦਿੰਦੇ ਆ ਨਾਲ ਸਿਮਰਨ ਵੀ ਕਰੀ ਜਾਂਦੇ ਆ ਨਾਲ ਹੋ ਸਾਰੇ ਕਰਮਕਾਂਡ ਵੀ ਕਰੀ ਜਾਂਦੇ ਨਾਲ ਮੜੀਆਂ ਤੇ ਮੱਥੇ ਠੇਕੀ ਜਾਂਦੇ ਨਾਲ ਸਾਰਾ ਕੁਝ ਕਰੀ ਜਾਂਦੇ ਆ ਉਹ ਕੀ ਹੋ ਗਿਆ ਬੇਸ਼ਵਾ ਦੇ ਘਰ ਪੁੱਤ ਜਮਤ ਹੈ ਇਸ ਨਾਮ ਪਰਿਉ ਹੈ ਤ੍ਰਕਟੀ ਮਹਾਰਾਜ ਕਹਿੰਦੇ ਵੀ ਜਦੋਂ ਇੱਕ ਸ਼ਬਦ ਦੇ ਦੁਆਰਾ ਨਹੀਂ ਆਪਾਂ ਚੱਲਦੇ ਫਿਰ ਆਪਣੀ ਵੀ ਮੰਨ ਲਓ ਵੀ ਆਹ ਵੀ ਠੀਕ ਏ ਆ ਥੋੜਾ ਜਿਹਾ ਸਿਮਰਨ ਵੀ ਕਰ ਲਈਏ ਥੋੜਾ ਜਿਹਾ ਆ ਵੀ ਕਰ ਲਈਏ ਥੋੜਾ ਜਿਹਾ ਆ ਵੀ ਕਰ ਲਈਏ ਮਹਾਰਾਜ ਫਿਰ ਕਹਿੰਦੇ ਅਧਿਆਤਮਕ ਲੈਵਲ ਤੇ ਇਸ ਚੀਜ਼ ਦੀ ਕੋਈ ਵੈਲਿਊ ਨਹੀਂ ਹੁੰਦੀ ਸਾਡੀ ਉਹ ਅਵਸਥਾ ਹੋ ਗਈ ਵੀ ਕਹਿੰਦੇ ਜਿਵੇਂ ਬੇਸ਼ਵਾ ਦੇ ਘਰ ਪੁੱਤਰ ਜਨਮ ਲੈਂਦਾ ਉਹ ਆਪਦੀ ਮਾਤਾ ਨੂੰ ਪੁੱਛਦਾ ਮੇਰਾ ਪਿਓ ਕਿਹੜਾ ਆ ਬੇਸ਼ਵਾ ਦੇ ਪੁੱਤਰ ਦਾ ਕੋਈ ਪਿਓ ਨਹੀਂ ਹੁੰਦਾ ਕਹਿੰਦੇ ਵੇ ਬੇਸਵਾ ਕੇ ਘਰ ਪੂਤ ਜਮਤ ਹੈ ਤਿਸ ਨਾਮ ਪਰਿਉ ਹੈ ਤਰਕਟੀ ਉਹਨੂੰ ਨਾ ਸੰਸਾਰ ਵਿੱਚ ਸੋਭਾ ਮਿਲਦੀ ਨਾ ਉਹਦੇ ਪਿਉਦਾ ਹੁੰਦਾ ਇਸੇ ਤਰ੍ਹਾਂ ਸਾਡਾ ਹੈ ਵੀ ਜਿੰਨੀ ਦੇਰ ਤੱਕ ਸਾਡੇ ਮਨ ਨੂੰ ਸੋਝੀ ਨਹੀਂ ਆਉਂਦੀ ਓਨੀ ਦੇਰ ਤੱਕ ਕਦੇ ਨਾਮ ਜਪ ਲਿਆ ਕਦੇ ਆਸਣ ਲਾ ਲਿਆ ਕਦੇ ਨੱਚਣ ਲੱਗ ਗਏ ਕਦੇ ਬੈਠਣ ਲੱਗ ਗਏ ਕਦੇ ਸ਼ਰਾਬ ਪੀਣ ਲੱਗ ਗਏ ਕਦੇ ਫਿਰ ਜੁੜ ਗਏ ਕਦੇ ਫਿਰ ਟੁੱਟ ਗਏ ਸਾਡੀ ਇਹ ਅਵਸਥਾ ਹੈ ਅਸੀਂ ਫਿਰ ਜੇ ਕੋਈ ਪੁੱਛਦਾ ਹੈ ਵੀ ਤੁਸੀਂ ਤਾਂ ਸਾਰਾ ਕੁਝ ਕਰੀ ਜਾਂਦੇ ਹੋ ਉਹ ਕੋਈ ਨਹੀਂ ਜੀ ਸਾਰਾ ਹੀ ਰੱਬ ਹੁੰਦਾ ਰਾਹ ਤਾਂ ਇੱਕੋ ਹੀ ਹੈ ਤਰੀਕੇ ਵੱਖਰੇ ਵੱਖਰੇ ਨੇ ਅਗਲਾ ਵੀ ਚੁਪਾ ਜਾਂਦਾ ਵੀ ਸਤਿਵੰਤ ਜੀ ਠੀਕ ਹੈ ਨਹੀਂ ਰਾਹ ਤਰੀਕੇ ਕਿਵੇਂ ਵੱਖਰੇ ਵੱਖਰੇ ਫਿਰ ਤਾਂ ਸਾਰੀ ਦੁਨੀਆ ਤਰ ਜਾਣੀ ਚਾਹੀਦੀ ਹੈ ਜੇ ਤਰੀਕੇ ਵੱਖਰੇ ਵੱਖਰੇ ਨੇ ਇੱਕੋ ਰਾਹ ਹੈ ਐਸੇ ਕਰਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਰਚਨਾ ਕੀਤੀ ਹੈ ਨਹੀਂ ਤਾਂ ਹੁਣ ਗੁਰੂ ਨਾਨਕ ਦੇਵ ਜੀ ਦੇ ਘਰ ਦੇ ਬਰਾਬਰ ਉਹਨਾਂ ਨੇ ਬਾਣੀ ਲਿਖੀ ਉਹਨਾਂ ਨੂੰ ਕੀ ਲੋੜ ਸੀ ਸਤਿਗੁਰੂ ਬਿਨਾ ਹੋਰ ਸਭ ਕੱਚੀ ਹੈ ਬਾਣੀ ਉਹ ਵੀ ਕਹਿ ਦਿੰਦੇ ਮਹਾਰਾਜ ਵੀ ਚਲੋ ਨਹੀਂ ਸਾਡਾ ਰਾਹ ਹੈ ਅਸੀਂ ਆਪਦੇ ਰਾਹ ਤੇ ਚੱਲ ਰਹੇ ਹਾਂ ਇਹ ਆਪਦੇ ਰਾਹ ਤੇ ਚੱਲ ਰਹੇ ਨੇ ਇਹ ਵੀ ਠੀਕ ਨੇ ਅਸੀਂ ਵੀ ਠੀਕ ਹੈ ਐ ਕਿਵੇਂ ਠੀਕ ਨੇ ਇੰਨੀਆਂ ਸਿੱਧੀਆਂ ਦੇਣ ਦੀ ਫਿਰ ਲੋੜ ਕਿਉਂ ਪੈ ਗਈ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੀੜਾਂ ਬਚਾਉਣ ਲਈ ਇੰਨੀਆਂ ਸਿੱਧੀਆਂ ਦੇਣ ਲਈ ਪੰਥ ਨੂੰ ਖੜਾ ਕਰਨ ਦੇ ਲਈ ਗਦਾਰਾਂ ਨੂੰ ਕੜਾਹਿਆਂ ਵਿੱਚ ਪਾਉਣ ਦੀ ਫਿਰ ਕੀ ਲੋੜ ਸੀ ਮਹਾਰਾਜ ਤਾਂ ਕਹਿ ਦਿੰਦੇ ਵੀ ਆਪਾਂ ਸੰਤ ਲੋਕਾਂ ਜੀ ਚਲੋ ਇਹ ਵੀ ਠੀਕ ਨੇ ਇਹ ਆਪਦੇ ਰਸਤੇ ਚੱਲ ਰਹੇ ਨੇ ਆਪਾਂ ਨਹੀਂ 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 ਕਸਵੱਟੀ ਦੇ ਨਾਲ ਦ੍ਰਿੜਤਾ ਦੇ ਨਾਲ ਕਿਹਾ ਇੱਕੋ ਹੀ ਰਾਹ ਹੈ ਉਸ ਰਾਹ ਦੇ ਉੱਪਰ ਕੋਈ ਮਾਇਆ ਨੂੰ ਛੱਡ ਕੇ ਸਗਲ ਦਵਾਰ ਕੋ ਛੜਕ ਗਹਿਓ ਤਵਾਰੋ ਦਵਾਰ ਇਹ ਸਾਰੇ ਦਵਾਰਿਆਂ ਨੂੰ ਛੱਡ ਕੇ ਇੱਕ ਦਰ ਫੜਨਾ ਪੈਂਦਾ ਬਾਹੇ ਗਹੇ ਕੀ ਲਾਜਸ ਕਿਉਂਕਿ ਆਪਾਂ ਮਾਇਆ ਤੋਂ ਛੁੱਟਣਾ ਹੈ ਆਪਾਂ ਬੰਦਿਆਂ ਤੋਂ ਨਹੀਂ ਮਾਇਆ ਤੋਂ ਪੰਜਾਂ ਦੂਤਾਂ ਤੋਂ ਛੁੱਟਣਾ ਤੇ ਪੰਜਾਂ ਦੂਤਾਂ ਨੇ ਸਾਨੂੰ ਨਾਮ ਇਸ ਸੱਚ ਦੇ ਰਸਤੇ ਤੇ ਨਾ ਚੱਲਣ ਦੇ ਲਈ ਪਤਾ ਨਹੀਂ ਸਾਡੇ ਮਨ ਨੂੰ ਕਿੱਥੇ ਕਿੱਥੇ ਪਟਕਾਉਣਾ ਹੈ ਵੀ ਆਹ ਵੀ ਕਰ ਲੈ ਆਹ ਵੀ ਕਰ ਲੈ ਆਹ ਵੀ ਕਰ ਲੈ ਉਹ ਪਟਕਣਾ ਉਹ ਤਾਂ ਪਟਕਣਾ ਖਤਮ ਨਹੀਂ ਹੋਈ ਆਪਾਂ ਪੰਜਾਂ ਤੋਂ ਰਹਿਤ ਨਹੀਂ ਹੋਈ ਏਸੇ ਕਰਕੇ ਗੁਰਬਾਣੀ ਵਿੱਚ ਕਿਸੇ ਵੀ ਮਨੁੱਖ ਨੂੰ ਕਿਸੇ ਵੀ ਧਰਮ ਨੂੰ ਟਾਰਗੇਟ ਨਹੀਂ ਕੀਤਾ ਗੁਰਬਾਣੀ ਵਿੱਚ ਕਿਹਾ ਵੀ ਪੰਜਾਂ ਦੂਤਾਂ ਦੇ ਵਸ ਸਾਰਾ ਸੰਸਾਰ ਆ ਤੁਸੀਂ ਪੰਜਾਂ ਨੂੰ ਕੁੱਟੋ ਤੁਸੀਂ ਇੱਕ ਦੂਜੇ ਨੂੰ ਮਾਰਾ ਕਹੀ ਜਾ ਰਹੇ ਹੋ ਇਹ ਪੰਜੇ ਹੀ ਤੁਹਾਡੇ ਢੜੇ ਬਣਾ ਰਹੇ ਆ ਇਸ ਕਰਕੇ ਪੰਜਾਂ ਦੂਤਾਂ ਤੋਂ ਗੁਰਬਾਣੀ ਨੇ ਬਚਨ ਦੀ ਸਾਨੂੰ ਸੇਧ ਦਿੱਤੀ ਸੱਚੇ ਪਾਤਸ਼ਾਹ ਜੀ ਨੇ ਮਹਾਰਾਜ ਕਹਿੰਦੇ ਆ ਆਪਨ ਬਾਪੇ ਨਹੀਂ ਕਿਸੇ ਕੋ ਭਾਵਣ ਕੋ ਹਰ ਰਾਜ ਇਸ ਜਗਤ ਦਾ ਸਵਾਮੀ ਕੇਵਲ ਇੱਕ ਹੈ ਤੇ ਉਹ ਸ਼ਬਦ ਸਰੂਪ ਹੈ ਪ੍ਰਕਾਸ਼ ਸਰੂਪ ਹੈ ਉਹਦਾ ਪ੍ਰਕਾਸ਼ ਉਹਦਾ ਸ਼ਬਦ ਐਸਾ ਹੈ ਕਿ ਕਿਸੇ ਵੀ ਰੂਪ ਰੰਗ ਰੇਖ ਭੇਖ ਚ ਨਹੀਂ ਆਉਂਦਾ ਉਹ ਅਨੁਭਵ ਹੈ ਅਨਭਾਉ ਪ੍ਰਕਾਸ਼ ਹੈ ਤੁਸੀਂ ਸਿਮਰਨ ਕਰੋ ਕਿਸੇ ਵੀ ਜਾਤ ਮਜਬ ਦਾ ਕੋਈ ਵੀ ਬੰਦਾ ਸਿਮਰਨ ਕਰ ਲੈ ਕਹਿੰਦੇ ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੋਹ ਵਰਨਾ ਕੋ ਸਾਂਝਾ ਗੁਰਮੁਖ ਨਾਮ ਜਪੇ ਉਧਰੇ ਸੋ ਕਲ ਮੈਂ ਘਟ ਘਟ ਨਾਨਕ ਮਾਝਾ ਚਾਰੇ ਵਰਨਾ ਦੇ ਵਿੱਚੋਂ ਕੋਈ ਆ ਜਾਵੇ ਚਾਹੇ ਪੜਿਆ ਆ ਜੇ ਚਾਹੇ ਨਾ ਪੜਾ ਜੇ ਜਿਹੜਾ ਸ਼ਬਦ ਨਾਲ ਜੁੜ ਕੇ ਆਪਦੇ ਫੁਰਨਿਆਂ ਤੋਂ ਰਹਿਤ ਹੋ ਕੇ ਮਹਾਰਾਜ ਸੱਚੇ ਪਾਸੇ ਤਰੀਕੇ ਦੇ ਨਾਲ ਉਸ ਦਰ ਤੇ ਬੈਠ ਜੇਗਾ ਉਹ ਸਾਰੇ ਇਥੋਂ ਪਾਰ ਹੋ ਜਾਣਗੇ